ਆ ਸਾਊਂਡ ਕਦਾ ਹੋਇਆ ਆਵਾਜ਼ ਆ ਰਹੀ। ਡੰਡਾਉਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਨਿਰਗੁਣੇ ਆਰ ਆਣਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਬੇਸ਼ੁਮਾਰ ਅਥਾਹ ਅਗਣਤ ਅਤੁਲ ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਆਪਣਾ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ। ਹਾਂ ਆਇਆ ਦੂਰੋਂ ਚੱਲ ਕੇ ਹਾਂ ਆਇਆ ਦੂਰੋਂ ਚੱਲ ਕੇ ਹਾਂ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਇੱਕ ਭਜਨ ਪੜ੍ਹਿਆ ਦਾਸ ਨੇ ਹਾਂ ਆਇਆ ਕਿੱਥੋਂ ਕਿੱਥੋਂ ਦੂਰੋਂ ਹਾਂਜੀ ਹਾਂ ਜੀਂਦੇ ਰਹੋ ਕਿਤੇ ਦੂਰੀ ਨਾ ਸਮਝਣਾ ਨਹੀਂ ਵੀ ਮੈਂ ਪਠਾਨਕੋਟ ਤੋਂ ਆਇਆ ਗਰੀਬ ਨਵਾਜ ਮੈਂ ਦੀਵਾਨ ਸੁਣ ਲਈ ਪਠਾਨਕੋਟ ਤੋਂ ਆਇਆ ਇਹ ਦੂਰੀ ਨਹੀਂ ਗੁਰਮੁਖਾਂ ਨੇ ਦੱਸੀ ਤੁਸੀਂ ਸਾਰੇ ਸੁਣ ਲਓ ਚੁਰਾਸੀ ਲੱਖ ਵਿੱਚੋਂ ਚੁਰਾਸੀ ਲੱਖ ਦੇ ਵਿੱਚੋਂ ਲੱਖ ਚੁਰਾਸੀ ਪਰਮ ਪਰਮ ਆਇਓ ਪਈ ਕਿਰਪਾ ਤਬ ਦਰਸ਼ਨ ਪਾਇਓ
ਮੇਰੇ ਵੀਰੋ ਗੁਰਸਿੱਖੋ, ਇਸ ਵਚਨ ਨੂੰ ਚੰਗੀ ਤਰ੍ਹਾਂ ਚਿੱਥ ਲਓ। ਮੋਹੇ ਪਰਦੇਸਨ, ਇਹ ਜਿੰਦ ਦੀ ਕਹਾਣੀ ਹੈ, ਸਰੀਰ ਦੀ ਨਹੀਂ। ਆਖੋ ਵਾਹਿਗੁਰੂ। 84 ਲੱਖ ਜੋਨੀਆਂ ਦੇ ਵਿੱਚੋਂ ਜਿੰਦ ਭਟਕ ਕੇ ਆਈ ਹੈ, ਸਰੀਰ ਨਹੀਂ। ਕੀ ਕਿਹਾ? ਸਰੀਰ ਨਹੀਂ। ਸਰੀਰ ਦੇ 5 ਤੱਤ ਇੱਥੋਂ ਹੀ ਲਏ ਨੇ। ਇੱਧਰ ਆ ਪੁੱਤ, ਤੂੰ ਬੜਾ ਵੀ ਬਫਤ ਹੈ ਗੁਰੂ ਕਸੇ, ਇੱਥੇ ਹੋ ਮੇਰੇ ਸਾਹਮਣੇ। ਵੇਖੋ, ਮੇਰਾ ਇਹ ਟਾਰਗੇਟ ਹੁੰਦਾ, ਮੇਰਾ ਇਹ ਭਾਵਨਾ ਹੈ ਵੀ ਤੁਸੀਂ ਮੇਰੇ ਨੇਤਰਾਂ 'ਚ ਨੇਤਰ ਰੱਖੋ। ਸੰਯੋਗ ਬਣਾਇਆ ਕੁਦਰਤ ਨੇ ਤੁਹਾਨੂੰ ਅਤੇ ਮੈਨੂੰ ਇਕੱਠਿਆਂ ਬਹਿਣ ਦਾ। ਇਹ ਜਿੰਦ 84 ਲੱਖ ਜੂਨੀ 'ਚੋਂ ਭਟਕ ਆਈ, 5 ਤੱਤ ਨਹੀਂ ਭਟਕ ਕੇ ਆਏ। 5 ਤੱਤ ਇੱਥੋਂ ਹੀ ਮਿਲੇ ਅਤੇ ਇੱਥੇ ਵਿਲੀਨ ਹੋ ਜਾਣੇ। ਇੱਥੋਂ ਮਿੱਟੀ ਮਿਲੀ, ਅੱਗ ਵਾਹਿਗੁਰੂ, ਇੱਥੋਂ ਹਵਾ ਮਿਲੀ, ਇੱਥੋਂ ਅੱਗ ਮਿਲੀ, ਇਹ 5 ਤੱਤ ਇੱਥੋਂ ਮਿਲੇ ਨੇ ਅਤੇ ਇੱਥੇ ਹੀ ਵਿਲੀਨ ਹੋ ਜਾਣੇ ਨੇ। ਕੋਈ ਇਹਨਾਂ 5 ਤੱਤਾਂ ਦੀ ਦੇਹ ਦੇ ਵਿੱਚ ਬੈਠਾ ਹੈ ਜਿਹੜਾ ਦੂਰੋਂ ਆਇਆ ਹੈ, ਉਹ ਆ ਸਾਡੀ ਜਿੰਦ। ਆਖੋ ਵਾਹਿਗੁਰੂ। ਜੀਵ ਆਤਮਾ ਦੂਰੋਂ ਆਈ, ਉਹਨੇ ਹੀ ਤਰਲਾ ਪਾਇਆ ਮੋਹੇ ਪਰਦੇਸਨ, ਉਹਨੇ ਕਿਹਾ ਹੋ ਆਇਆ ਮੈਂ ਤੱਕੀ। ਬੜਾ ਗਹਿਰਾ ਅਤੇ ਸਹਿਜ ਵਿੱਚ ਸੁਣੋ, ਮੈਂ ਤੇਰੀ ਸ਼ਰਨ ਤੱਕ ਕੇ ਆਈ ਹਾਂ। ਆਖੋ ਵਾਹਿਗੁਰੂ। ਬਾਪੂ, ਮੈਨੂੰ ਇੱਕ ਰੋਗ ਲੱਗ ਗਿਆ। ਸੁਣਿਓ ਧਿਆਨ, ਕਿੱਥੇ ਚਲੇ ਗਿਆ? ਕਿੰਨਿਆਂ ਕੁ ਨੂੰ ਮੋੜ ਮੋੜ ਕੇ ਲਿਆਵਾਂ, 2 ਦਿਨ ਲੈ ਗਏ। ਬਾਪੂ, ਮੈਨੂੰ ਇੱਕ ਰੋਗ ਲੱਗ ਗਿਆ। ਅਤੇ ਬਾਪੂ ਨੇ ਗਾਲਣਾ ਲਾ ਕੇ ਆਖਿਆ, ਕਿਹੜਾ ਰੋਗ? ਕਹਿੰਦੀ, ਜੰਮਣ ਦਾ ਅਤੇ ਮਰਨ ਦਾ। ਚੰਗੀ ਤਰ੍ਹਾਂ ਸੁਣੋ, ਜਿੱਥੋਂ ਹੋਰ ਨਹੀਂ ਵੀ ਕੈਂਸਰ ਹੋ ਗਿਆ, ਸਿਰ ਪੀੜ ਹੋ ਗਈ ਹੈ, ਕੰਨ ਪੀੜ ਨਾ, ਉਹਨਾਂ ਨੂੰ ਇਹਨਾਂ ਰੋਗਾਂ ਦਾ ਇਲਾਜ ਸ੍ਰਿਸ਼ਟੀ ਵਿੱਚ ਹੈ। ਇੱਕ ਰੋਗ ਪਤਾ ਲੱਗਾ ਪੁੱਤ, ਵੈਸੇ ਨਾ ਕਹਿਣਾ, ਹੱਥ ਖੜਾ ਕਰ ਲਿਆ ਕਰੋ ਵੀ ਮੈਨੂੰ ਪਤਾ ਨਹੀਂ ਲੱਗਾ। ਇਹਨਾਂ ਰੋਗਾਂ ਦਾ ਚੰਗੇ ਚੰਗੇ ਇੰਸਟੀਚਿਊਟਾਂ ਵਿੱਚ ਹੈਗਾ ਹੈ, ਹਸਪਤਾਲਾਂ 'ਚ ਹੈਗਾ ਹੈ। ਕਈਆਂ ਨੂੰ ਬਚਾ ਲਿਆ ਹੈ, ਕੈਂਸਰ ਵਾਲਿਆਂ ਨੂੰ ਵੀ ਡਾਕਟਰਾਂ ਨੇ। ਇਹ ਜਿਹੜਾ ਰੋਗ ਜੰਮਣ ਅਤੇ ਮਰਨ ਦਾ ਹੈ, ਇਹਦੀ ਦਵਾ ਕੇਵਲ ਗੁਰੂ ਕੋਲ ਆ। ਆਖੋ ਵਾਹਿਗੁਰੂ। ਕਿਹਦੇ ਕੋਲ? ਦਰਸ਼ਨ ਪਰਸੀਏ ਗੁਰੂ ਕੇ। ਪਕੜਿਆ ਜੇ ਕਿ ਵੈਸੇ ਹੀ ਬੋਲਿਆ, ਚੋਟਬਾਜ਼ੀ ਦੀ ਨਾ ਵੀ ਇਹਦੀ ਇਲਾਜ ਵਾਹਿਗੁਰੂ 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 ਵਾਹਿਗੁਰੂ, ਇਹਦਾ ਇਲਾਜ ਕੇਵਲ ਗੁਰੂ ਕੋਲ ਹੈ ਅਤੇ ਗੁਰੂ ਇੱਕ ਦਵਾਈ ਦਿੰਦਾ ਹੈ। ਆਖੋ ਵਾਹਿਗੁਰੂ।
ਹਰ ਜੀਵ ਦਾ ਜਨਮ ਵਾਹਿਗੁਰੂ 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 ਜੁੜੋ ਮਨ ਨੂੰ ਟਕਾਓ ਜਿੱਥੇ ਬੈਠੇ ਉੱਥੇ ਹੀ ਰਹੋ ਸਤਨਾਮ ਸ੍ਰੀ ਵਾਹਿਗੁਰੂ। ਇਸ ਬਰੀਕੀ ਨੂੰ ਸਮਝਿਓ, ਅੰਮ੍ਰਿਤ ਵੇਲੇ ਬੈਠੇ ਹੋ, ਜੰਮਣ ਦਾ ਅਤੇ ਮਰਨ ਦਾ ਮੂਲ ਕੀ ਆ? ਹਉਮੈ। ਜਿਹੜਾ ਜੰਮਣਾ, ਜੇ ਕਹਿੰਦਾ ਮੈਂ ਜੰਮ ਪਿਆ ਮੈਂ ਮਰ ਗਿਆ ਤਾਂ ਇਹ ਵੀ ਰੋ ਗਿਆ। ਆ ਸਕੀ ਵਾਰ ਵਿੱਚ ਪੂਰਾ ਸਲੋਕ ਹਉ ਵਿੱਚ ਜੰਮਿਆ, ਇਹਦੇ ਅਰਥ ਨੂੰ ਫੜੋ, ਇਹਦੇ ਵਿੱਚੋਂ ਪੀਓ ਕੀ ਗੁਰੂ ਕਹਿਣਾ ਚਾਹੁੰਦਾ ਹੈ। ਜਲਦੀ ਜਲਦੀ ਸਲੋਕ ਉਚਾਰ ਕੇ ਹਉਮੈ ਨਾ ਵਧਾਓ, ਸਲੋਕ ਬਾਣੀ ਦੇ ਵਿੱਚ ਡੁੱਬ ਜਾਓ। ਗੁਰੂ ਕਹਿਣਾ ਕੀ ਚਾਹੁੰਦਾ ਹੈ? ਹਉਮੈ ਵਿੱਚ ਹੀ ਜੀਵ ਜੰਮਦਾ ਹੈ। ਕਿਤੇ ਪੂਰਬਲੇ ਕਰਮ ਦੇ ਵਿੱਚ ਇਹਦੀ ਹਉਮੈ ਰਹਿ ਗਈ ਅਤੇ ਉਸ ਹਉਮੈ ਦਾ ਸਦਕਾ ਇਹਨੂੰ ਜਨਮ ਮਿਲਿਆ। ਪਕੜਦੇ ਹੋ? ਨਹੀਂ ਤਾਂ ਜਨਮ ਨਹੀਂ ਸੀ ਆਉਣਾ। ਹਉਮੈ ਰਹਿ ਗਈ, ਜਨਮ ਹੋਇਆ। ਜਦੋਂ ਜੰਮਿਆ ਕਿਤੇ ਮੈਂ ਜੰਮਿਆ, ਜਦੋਂ ਮਰਿਆ ਮੈਂ ਮਰਿਆ। ਉਹ ਜਿਹੜੀ ਮੈਂ ਰਹਿ ਗਈ ਨਾ, ਉਹਨੇ ਅਗਲੀ ਵਾਰ ਫਿਰ ਜਨਮ ਲਿਆ। ਪਤਾ ਲੱਗ ਗਿਆ ਜੀ, ਉਹਨੇ ਅਗਲੀ ਵਾਰ ਫਿਰ ਜਨਮ ਲਿਆ। ਤੁਸੀਂ ਕਦੀ ਖਸਖਸ ਵੇਖੀ ਹੋਊਗੀ? ਇੰਨੀ ਘੋਟਦੇ ਨੇ ਲੋਕ, ਇੰਨੀ ਘੋਟਦੇ ਨੇ, ਇੰਨੀ ਘੋਟਦੇ ਆ, ਫਿਰ ਵੀ ਕਹਿੰਦੇ ਵੀ ਉਹਦਾ ਕੁਛ ਨਾ ਕੁਛ ਅੰਸ਼ ਰਹਿੰਦਾ ਹੈ। ਜਿੱਥੇ ਸੁੱਟੋ ਉੱਥੇ ਉੱਗ ਖਲੋਂਦੀ। ਕੀ ਖਸਖਸ? ਖਸਖਸ ਨਾਲੋਂ ਕਿਤੇ ਬਰੀਕ ਕਹਾਣੀ ਆ ਹਉਮੈ ਦੀ। ਕਿੰਨਾ ਸਿਮਰਨ ਕਰੇ, ਕਿੰਨੀ ਬੰਦਗੀ ਕਰੇ, ਹਉਮੈ ਕਿਤੇ ਰਹਿ ਹੀ ਜਾਂਦੀ। ਹਉਮੈ ਰਹਿ ਜਾਂਦੀ ਆ ਅਤੇ ਉਹਦਾ ਸਦਕਾ ਜੀਵ ਨੂੰ ਅਗਲੇ ਜਨਮ 'ਚ ਫਿਰ ਜਨਮ ਲੈਣਾ ਪੈਂਦਾ। ਪਕੜ ਰਹੇ ਹੋ? ਸੁਸਤ ਨਹੀਂ? ਆਖੋ ਵਾਹਿਗੁਰੂ। ਗੁਰੂ ਦੇ ਕੋਲ ਇੱਕ ਤਬਾਹੀ ਆ ਉਸ ਹਉਮੈ ਨੂੰ ਖਤਮ ਕਰਨ ਦੀ, ਜਿਹੜਾ ਜਨਮ ਅਤੇ ਮਰਨ ਦਾ ਮੂਲ ਆ ਹਉਮੈ। ਹੋਰ ਕਿਸੇ ਕੋਲੋਂ ਕੋਈ ਦਵਾਈ ਨਹੀਂ, ਗੁਰੂ ਕੋਲ ਆ। ਜੈਸਾ ਸਤਿਗੁਰ ਸੁਣੀ ਦਾ ਵਿਛੜਿਆ ਹਰ ਦਰਗਹਿ
ਮਹਾਰਾਜ ਇਹ ਜੰਮਣ ਮਰਨ ਦੇ ਚੱਕਰ ਵਿੱਚ ਪਈ ਹੋਈ ਜਿੰਦ ਇੰਨੇ ਜਨਮਾਂ ਤੋਂ ਵਿਛੜੀ ਮਿਲ ਕਿਸ ਤਰ੍ਹਾਂ ਜਾਂਦੀ? ਬਾਪੂ ਕਹਿੰਦੇ ਹਰ ਨਾਮੋ ਮੰਤਰ ਦ੍ਰਿੜਾਇਆ। ਨਹੀਂ ਅਜੇ ਇੱਥੋਂ ਤੱਕ ਜਾਓ ਨਾ, ਗੁਰੂ ਕੀ ਕਰਦਾ ਆ? ਵਾਹਿਗੁਰੂ 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 ਦਾ ਮੰਤਰ ਦ੍ਰਿੜ ਕਰਾਉਂਦਾ, ਮੰਤਰ ਅਤੇ ਉਹ ਕਰਾਇਆ ਹੋਇਆ ਦ੍ਰਿੜ ਮੰਤਰ ਜਿਹੜਾ ਹੈ ਫਿਰ ਮੈਂ ਨਹੀਂ ਵਾਹਿਗੁਰੂ ਵਾਹਿਗੁਰੂ ਦੇ ਵਿੱਚ ਬਦਲ ਜਾਂਦਾ ਹੈ। ਨਹੀਂ ਪਤਾ ਲੱਗਦਾ ਜਿਹੜਾ ਮੈਂ 24 ਘੰਟੇ ਬੰਦਾ ਕਰਦਾ ਨਾ, ਵੇਖੋ ਕਦੀ ਗੁਰਮੁਖ ਹੋਇਆ, ਸਿਰੂਆਂ ਹਰ ਗੱਲ ਨਾਲ ਵਾਹਿਗੁਰੂ ਕਹਿੰਦੀਆਂ, ਦ੍ਰਿੜ ਹੋ ਗਿਆ। ਉਸ ਤਰ੍ਹਾਂ ਕੀ ਕਹਿੰਦਾ ਮੈਂ ਕੀਤਾ ਮੈਂ ਕੀਤਾ, ਮੈਂ ਗਿਆ ਮੈਂ ਬੋਲਿਆ ਮੈਂ ਉੱਥੇ ਗਿਆ ਅਤੇ ਗੱਲ ਬਣੀ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦ੍ਰਿੜ ਹੋ ਜਾਂਦਾ ਹੈ ਉਹ ਦ੍ਰਿੜ ਕੀਤਾ ਮੰਤਰ ਕੱਟੇ ਹਉਮੈ ਰੋਗ, ਹਉਮੈ ਦੇ ਕੱਟ ਦਿੰਦਾ। ਜਿਦਨ ਹਉਮੈ ਦੇ ਰੋਗ ਕੱਟੇ, ਜਨ ਨਾਨਕ 184 ਭਟਕਦੀ ਨੂੰ ਜਨ ਨਾਨਕ ਸਤਿਗੁਰ ਤਿੰਨਾ ਮਿਲਾਇਆ, ਉਹਨਾਂ ਜੀਵ ਆਤਮਾ ਨੂੰ ਰੱਬ ਨੇ ਮਿਲਾ ਦਿੱਤਾ, ਆਪਣੇ ਸਮੁੰਦਰ ਵਿੱਚ ਅਭੇਦ ਕਰ ਲਿਆ ਉਸ ਨਦੀ ਨੂੰ, ਜਿਹਨੇ ਵਾਹਿਗੁਰੂ ਗੁਰਮੰਤਰ ਦਾ ਜਾਪ ਦ੍ਰਿੜ ਕਰ ਲਿਆ। ਤੁਸੀਂ ਐਵੇਂ ਕਿਵੇਂ ਵਾਹਿਗੁਰੂ ਸ਼ਬਦ ਨੂੰ ਨਾ ਮੰਨਣਾ, ਆਖੋ ਵਾਹਿਗੁਰੂ। ਇਹ ਵਾਹਿਗੁਰੂ ਸ਼ਬਦ ਉਹ ਬੀਬੀ ਨੂੰ ਕਹੋ ਤਾਂ ਸਿਰ ਰੱਖੇ ਨਾ, ਪੁੱਤ ਥੱਲੇ ਨਾ ਸਿਰ ਕਰੋ, ਆਖੋ ਵਾਹਿਗੁਰੂ, ਗੱਜ ਕੇ ਬੋਲੋ। ਅਖੰਡ ਕੀਰਤਨੀ ਜਥੇ ਵਾਲੇ ਗੁਰਮੁਖ ਪਿਆਰੇ ਜਿਹੜੇ ਜਿਹੜੇ ਨਹੀਂ ਜਾਣਦੇ ਵਾਹਿਗੁਰੂ ਗੁਰਮੰਤਰ ਦੀ ਮਹਿਮਾ ਨੂੰ, ਉਹ ਕਹਿੰਦੇ ਵਾਹਿਗੁਰੂ ਜਥੇ ਵਾਲੇ ਆਏ, ਕੋਈ ਪਾਪ ਆ? ਵਾਹਿਗੁਰੂ ਕਹਿਣਾ ਕੋਈ ਪਾਪ ਆ? ਉਹਨਾਂ ਦਾ ਨਾਂ ਹੀ ਰੱਖਦਾ ਵਾਹਿਗੁਰੂ ਜਥੇ ਵਾਲੇ, ਆਖੋ ਵਾਹਿਗੁਰੂ। ਕੱਲ੍ਹ ਵੀ ਕੋਈ ਫੇਸਬੁੱਕ 'ਤੇ ਲਿਖ ਰਿਹਾ ਸੀ ਮੈਨੂੰ ਮੈਸੇਜ ਵੀ ਅਸੀਂ ਕਹਿੰਦੇ ਹਾਂ ਬਾਣੀ ਦੀ ਵਿਚਾਰ ਕਰੋ, ਤੁਸੀਂ ਕਹਿੰਦੇ ਕੇਵਲ ਜਪੋ। ਹਾਲਾਂਕਿ ਤੁਹਾਨੂੰ ਮੈਂ ਉਦੋਂ ਦਾ ਜ਼ੋਰ ਦੇ ਰਿਹਾ ਵੀ ਬਾਣੀ ਨੂੰ ਵਿਚਾਰੋ, ਇਹੋ ਹੀ ਜ਼ੋਰ ਦੇ ਰਹੇ ਹਾਂ, ਤੁਸੀਂ ਸੁਣ ਹੀ ਰਹੇ ਹੋ ਜਦੋਂ ਦੇ ਆਏ ਹਾਂ, ਆਖੋ ਵਾਹਿਗੁਰੂ। ਲੋਕਾਂ ਨੂੰ ਵਾਹਿਗੁਰੂ ਸ਼ਬਦ ਤੋਂ ਵੀ ਐਲਰਜੀ ਆ ਸੱਚੀ ਮੁੱਚੀ, ਬਹੁਤ ਸਾਰੇ ਲੋਕ ਬੈਠੇ ਨੇ ਅਤੇ ਸੁਭਾਵਿਕ ਨਿੰਦਾ ਕਰ ਰਹੇ ਨੇ ਗੁਰੂ ਸ਼ਬਦ ਦੀ, ਜੋ ਗੁਰੂ ਨੇ ਸਾਨੂੰ ਮੂਲ ਮੰਤਰ ਅਤੇ ਗੁਰਮੰਤਰ ਰੂਪ ਵਿੱਚ ਕਿਹਾ। ਜਦੋਂ ਵਾਹਿਗੁਰੂ ਸ਼ਬਦ ਸਾਨੂੰ ਦਿੱਤਾ ਸੀ ਕੀ ਕਿਹਾ ਸੀ? ਜੇਬ 'ਚ ਪਾ ਕੇ ਰੱਖੋ, ਬੋਲੋ ਗੁਰੂ ਦੇ ਸਿੰਘ ਕੀ ਕਿਹਾ ਸੀ? ਇਹਨੂੰ ਜਪਣਾ। ਹੁਣ ਗੁਰੂ ਦੇ ਕਹੇ ਹੋਏ ਵਚਨ ਉੱਤੇ ਵੀ ਜਪੋ, ਕਿੰਤੂ ਪਰੰਤੂ ਕਰਦਾ ਹੈ ਅਤੇ ਤੁਸੀਂ ਪ੍ਰਵਾਹ ਨਾ ਕਰਿਓ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ। ਅਤੇ ਵਾਹਿਗੁਰੂ 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 ਵਾਹਿਗੁਰੂ, ਸਮੁੰਦਰ ਵਿੱਚ ਨਦੀ ਉਹ ਪਹੁੰਚਦੀ ਜਿਹਨੂੰ ਸਮੁੰਦਰ ਦਾ ਨਿਸ਼ਾਨਾ ਚੇਤੇ ਆ। ਸਮੁੰਦਰ ਵੱਲ ਜਾਂਦੀ ਨਦੀ ਨੇ ਜਿੱਦਣ ਇੱਧਰ ਉੱਧਰ ਨੂੰ ਵਹਿਣ ਟੁੱਟ ਕੇ ਨਾ, ਵਹਿਣ ਨਦੀ ਦੇ ਜਿੱਦਣ ਵਹਿਣ ਖਿਲਰ ਜਾਂਦੇ ਨਦੀਆਂ, ਵਾਹ ਵਿਛੁੰਨਿਆ ਮੇਲਾ ਸੰਜੋਗੀ ਨਾ, ਜਿਹੜੇ ਵਹਿਣ ਛੁੱਟ ਕੇ ਪਕੜ ਰਹੇ ਹੋ ਨਦੀ ਦੇ ਵਿੱਚੋਂ, ਨਹੀਂ ਫਿਰ ਸਿਰ ਕਿਉਂ ਲਾਇਆ? ਨਦੀਆਂ ਦੇ ਵਿੱਚੋਂ ਜਿਹੜੇ ਕੁਛ ਪਾਣੀ ਆਇਆ ਨੂੰ ਚਲੇ ਗਿਆ, ਕੁਛ ਪਾਣੀ ਉਹਨਾਂ ਕਿਤੇ ਨਹੀਂ ਪਹੁੰਚਣਾ, ਉਹਨਾਂ ਥੋੜ੍ਹਾ ਜਿਹਾ ਅੱਗੇ ਜਾ ਕੇ ਸੁੱਕ ਜਾਣਾ। ਇਸ ਤਰ੍ਹਾਂ ਜਿਹੜੇ ਗੁਰੂ ਸ਼ਬਦ ਦੀ ਕਮਾਈ ਕਰਦੇ ਕਰਦੇ ਇੱਧਰ ਦਾ ਧਾਗਾ ਲੈ ਲਓ, ਇਹਨੂੰ ਪੁੱਛ ਲਓ, ਆਹ ਕਰ ਲਓ, ਇੱਥੇ ਚੱਲ ਜਾਓ, ਇੱਥੇ ਚੱਲ ਜਾਓ, ਉਹ ਜਿਹੜੀ ਸੁਰਤ ਨਦੀ ਵਾਂਗੂ ਭੱਜੀ ਜਾਂਦੀ ਸ਼ਬਦ ਨੂੰ ਇੱਧਰ ਉੱਧਰ ਖਿਲਰ ਗਈ,
ਉਹਨੇ ਰਾਹ ਦੇ ਵਿੱਚ ਜਾ ਕੇ ਭੁਪਿੰਦਰ ਸਿੰਘ ਦੇ ਨਾ ਜਾਓ, ਸੁਣੋ ਧਿਆਨ, ਉਹਨੇ ਜਾ ਕੇ ਸਮੁੰਦਰ ਵਿੱਚ ਪੈ ਜਾਣਾ ਜਿਹੜੀ ਨਾ ਫਟੀ। ਸਾਡੀ ਸੁਰਤ ਜਿੱਦਣ ਦਫਾੜ ਹੋ ਕੇ ਵਾਹਿਗੁਰੂ ਜਪਣ ਤੋਂ ਬਿਨਾਂ ਇੱਥੋਂ ਵੀ ਭਲਾ ਹੋਜੂ, ਇੱਥੋਂ ਵੀ ਭਲਾ ਹੋਜੂ, ਬਾਪੂ ਕਹਿੰਦਾ ਉਸ ਵਹਿਣ ਵਾਂਗੂ ਸੁੱਕ ਜਾਏਗੀ ਮੇਰੀ ਇਹ ਜਿੰਦੇ, ਇੱਧਰ ਨੂੰ ਭੱਜ, ਗੁਰੂ ਵੱਲ ਨੂੰ ਭੱਜ, ਅਤੇ ਆਣ ਕੇ ਕਹੋ ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ, ਪਿਤਾ ਜੀ ਮੈਨੂੰ ਪੁੱਤ ਨਹੀਂ ਹੋ ਚਾਹੀਦੇ, ਮੈਨੂੰ ਧੀਆਂ ਨਹੀਂ ਹੋ ਚਾਹੀਦੀਆਂ, ਮੈਂ ਤੈਨੂੰ ਆਣ ਕੇ ਇੱਕ ਦੁੱਖ ਦੱਸਦੀ ਹਾਂ ਜਿਹੜਾ ਮੈਨੂੰ ਬੜੇ ਜਨਮਾਂ ਤੋਂ ਲੱਗਾ, 84 ਲੱਖ ਜੁਨੀ 'ਚੋਂ ਭਟਕਦੀ ਆਈ ਹਾਂ, ਮੈਂ ਆਸਾ ਰੱਖੀ ਮੇਰਾ ਸਾਰੇ ਦੁੱਖਾਂ ਦਾ ਮੂਲ ਕੀ ਆ, ਜੰਮਣਾ ਅਤੇ ਮਰਨਾ ਹੈ ਤਾਂ ਹੁਕਮ ਵਿੱਚ, ਅਖ ਵਾਹਿਗੁਰੂ, ਮਗਰ ਹੁਕਮ ਵਿੱਚ ਤਾਂ ਵਾ ਵੀ ਜਿਸ ਬੰਦੇ ਦੀ ਹਉਮੇ ਨਹੀਂ ਮਿਟੀ ਉਹਨੂੰ ਅਗਲੇ ਜਨਮ 'ਚ ਜਨਮ ਲੈਣਾ ਪੈਣਾ ਹੈ, ਅਤੇ ਬਾਣੀ ਵਿੱਚ ਲਿਖਿਆ ਜੰਮਣ ਮਰਨਾ ਵੱਡਾ ਵਿਛੋੜਾ, ਬੋਲੋ ਭਲਾ, ਅਤੇ ਵਿਛੋੜੇ ਦਾ ਤਾਂ ਨਾਂ ਹੀ ਗੁਰਬਾਣੀ 'ਚ ਲਿਖਿਆ ਵੀ ਵਿਛੋੜਾ ਸੁਣੇ ਦੁੱਖ ਨਹੀਂ ਨਹੀਂ ਇਹਦੇ ਵਿਛੋੜਾ, ਵਿਛੋੜਾ ਇੱਕ ਇਸ ਤਰ੍ਹਾਂ ਦਾ ਸ਼ਬਦ ਆ ਵੀ ਇਹਨੂੰ ਸੁਣਦਿਆਂ ਹੀ ਦੁੱਖ ਲੱਗਦਾ ਹੈ, ਕਿਸੇ ਮਾਂ ਅਤੇ ਪੁੱਤ ਦਾ ਵਿਛੋੜਾ ਪੈ ਜੇ, ਕਿਸੇ ਘਰਵਾਲੀ ਅਤੇ ਘਰਵਾਲੇ ਦਾ ਵਿਛੋੜਾ ਪੈ ਜੇ, ਅਖ ਵਾਹਿਗੁਰੂ, ਕਿਸੇ ਸਿੱਖ ਦਾ ਅਤੇ ਗੁਰੂ ਦਾ ਵਿਛੋੜਾ ਪੈ ਜੇ, ਜਿਹੜਾ ਵਿਛੋੜਾ ਸ਼ਬਦ ਆ ਨਾ ਇਹ ਤਾਂ ਸੱਪ ਵਾਂਗੂ ਡੰਗਦਾ ਹੈ, ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓਦ, ਦੀਦਾਰ ਕਰਨ ਤੋਂ ਬਿਨਾਂ ਤਾਂ ਜੀਵ ਆਤਮਾ ਮਰ ਜਾਂਦੀ, ਹੱਥ ਜੋੜੋ ਕਦੀ ਗੁਰੂ ਕੋਲ ਆਣ ਕੇ, ਧੀਆਂ ਨਾ ਮੰਗਣੀਆਂ, ਪੁੱਤ ਨਾ ਮੰਗਣੇ, ਦੌਲਤ ਨਾ ਮੰਗਣੀ ਗੁਰੂ ਕੋਲੋਂ, ਇਹ ਕਹਿਣਾ ਮੇਰਾ ਸਭੋ ਦੁੱਖ, ਗਰੀਬ ਨਿਵਾਜ ਮੇਰਾ ਜੰਮਣ ਮਰਨ ਦਾ ਦੁੱਖ ਮਿਟਾ ਦੇ, ਮੈਂ ਤੇਰੇ ਕੋਲੋਂ ਹੋਰ ਕੁਛ ਨਹੀਂ ਮੰਗਦੀ। ਇੱਕ ਮਿੰਟ ਲੈਣਾ, ਫਿਰ ਤੁਸੀਂ ਕਹੋਗੇ ਧੀਆਂ ਕਿੱਥੋਂ ਲਈਏ, ਪੁੱਤਰ ਕਿੱਥੋਂ ਲਈਏ, ਅਸੀਂ ਤਾਂ ਗੁਰਦੁਆਰੇ ਬਣਾਏ ਇਸ ਕਰਕੇ ਆ ਵੀ ਉੱਥੇ ਜਾਵਾਂਗੇ, ਗੁਰੂ ਕੋਲ ਅਰਦਾਸ ਕਰਾਂਗੇ, ਧੀਆਂ ਮੰਗਾਂਗੇ, ਪੁੱਤਰ ਮੰਗਾਂਗੇ। ਭਾਈ ਨੰਦ ਲਾਲ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁੱਛਿਆ ਵੀ ਤੂੰ ਕਦੀ ਆਣ ਕੇ ਮੇਰੇ ਕੋਲੋਂ ਕੁਛ ਨਹੀਂ ਮੰਗਿਆ, ਆਖੋ ਵਾਹਿਗੁਰੂ, ਮਨ ਟਿਕਿਆ ਹੈ ਨਾ, ਟਿਕ ਕੇ ਸੁਣ ਰਹੇ ਹੋ ਨਾ, ਤੂੰ ਕਦੀ ਆਣ ਕੇ ਮੇਰੇ ਕੋਲੋਂ ਕੁਛ ਨਹੀਂ ਮੰਗਿਆ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਵੀ ਜਿੱਦਣ ਸਿੱਖ ਹੇ ਗਰੀਬ ਨਿਵਾਜ ਤੇਰੇ ਚਰਨਾਂ 'ਚ ਆਉਂਦਾ, ਭਾਵੇਂ ਕਲੀਨ ਵਿਛਿਆ ਅਤੇ ਭਾਵੇਂ ਕਲੀਨ ਤੋਂ ਬਿਨਾਂ ਫਰਸ਼ ਆ, ਉਹਦੀ ਜਿਹੜੇ ਪੈਰਾਂ ਦੇ ਥੱਲੇ ਧੂੜ ਲੱਗੀ ਨਾ, ਧੂੜ, ਧੀਆਂ ਪੁੱਤਰ ਪਰਿਵਾਰ ਦੁਨੀਆ ਦੇ ਸੁੱਖ ਉਸ ਧੂੜ ਦੇ ਨਾਲ ਹੀ ਸਿੱਖ ਦੇ ਨਾਲ ਚਲੇ ਜਾਂਦੇ, ਮੰਗਣਾ ਨਹੀਂ ਪੈਂਦਾ ਕੁਛ। ਇੱਥੇ ਮੰਗਣ ਵਾਲੀ ਤਾਂ ਕਹਾਣੀ ਇੱਕ ਆ, ਸ਼ੇਖ ਫਰੀਦ ਦੇ ਖੈਰ ਬੰਦਗੀ ਮਿਲ ਗਈ ਅਤੇ ਜੰਮਣ ਮਰਨਾ ਆਪੇ ਖਤਮ ਹੋ ਗਿਆ। ਜਿਸ ਬੰਦੇ ਨੂੰ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਨਹੀਂ ਹੋਇਆ ਜਿਹਦੇ ਕੋਲੋਂ, ਉਹ ਭਾਵੇਂ ਪੁੱਠਾ ਲਟਕ ਜਾਏ, ਭਾਵੇਂ ਪਹਾੜ 'ਤੇ ਗਲ ਕੇ ਮਰ ਜਾਏ, ਭਾਵੇਂ ਪਾਣੀ 'ਚ ਚੁਬੀਆਂ ਲਾ ਕੇ ਮਰ ਜਾਏ, ਉਹਦਾ ਜੰਮਣ ਮਰਨ ਨਹੀਂ ਖਤਮ ਹੋ ਸਕਦਾ ਜਿੰਨੇ ਵਾਹਿਗੁਰੂ ਗੁਰਮੰਤਰ ਦਾ ਜਾਪ ਨਾ ਕੀਤਾ। ਆਓ ਮਾਰੋ ਚੌਂਕੜੇ, ਤੁਸੀਂ ਭਾਗਾਂ ਵਾਲੇ ਹੋ, ਤੁਹਾਡੇ ਗੁਰੂ ਨੇ ਤੁਹਾਨੂੰ ਓਮ ਸੋਮ ਵਰਗੀਆਂ ਕਹਾਣੀਆਂ ਨਹੀਂ ਸੁਣਾਈਆਂ, ਵਾਹਿਗੁਰੂ ਸ਼ਬਦ ਦਾ ਜਾਪ ਦਿੱਤਾ ਹੈ ਅਤੇ ਪੂਰਾ ਸ਼ਬਦ ਆ ਵਾਹ ਹੇ ਗੁਰੂ, ਬੋਲੋ ਵਾਹ ਹੇ ਗੁਰੂ, ਵਾਹ।
ਵਾਹਿਗੁਰੂ 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 ਮਾਰੋ ਚੌਂਕੜੇ ਜਪੀਏ ਵਾਹਿਗੁਰੂ 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 ਜਿੰਦੇ ਰਹੋ ਜਿੰਦੇ ਰਹੋ ਜਿੰਦੇ ਰਹੋ ਟਿਕ ਕੇ ਜਪੋ ਟਿਕ ਕੇ ਵਾਹਿਗੁਰੂ 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 ਜੁੜੋ ਵਾਹਿਗੁਰੂ 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 ਸਾਰਾ ਜੀਵਨ ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿਗੁਰੂ ਨਾਭੀ ਚ ਵਾਹਿਗੁਰੂ 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 ਜਿੰਦੇ ਰਹੋ ਵਾਹਿਗੁਰੂ 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 ਸੁਰਤ ਲੱਗਦੇ ਜਾਵੇ ਸੁਰਤ ਕਰਕੇ ਜਪਿਓ ਵਾਹਿਗੁਰੂ 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 ਮੀਂਹ ਪੈਣ ਡਾ ਪਿਆ ਮੀਂਹ ਵਾਹਿਗੁਰੂ ਬੋਝ ਨਾਮ ਕੀ ਅੰਮ੍ਰਿਤ ਵਰਖਾ ਹੋਣ ਲੱਗ ਪਈ ਤੀਜੋ ਟਿਕੇ ਰਹੋ ਟਿਕੇ ਰਹੋ ਖੁਰਜੋਗੇ ਖੁਰਜੋਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਬਚਨ ਤੁਸੀਂ ਸ਼ਾਇਦ ਪੜ੍ਹਿਆ ਹੋਵੇ ਗੁਰਬਾਣੀ ਵਿੱਚ ਭਲੀ ਭਈ ਬੋਲੋ ਹੁਣ ਅਰਥ ਕੀ ਕਰਾਂਗੇ ਭਲਾ ਹੋਇਆ ਜਿਉਂ ਭਉ ਭਰਿਆ ਜਿਉਂ ਸਾਰੇ ਬੋਲਿਆ ਕਰੋ ਜਦੋਂ ਦਾ ਮੈਨੂੰ ਡਰ ਆਉਣਾ ਸ਼ੁਰੂ ਹੋ ਗਿਆ ਬਹੁਤੀ ਘੱਟ ਹੋ ਗਈ ਜਦੋਂ ਦਾ ਮੈਨੂੰ ਕਿਹੜੀ ਗੱਲ ਤੋਂ ਵੀ ਸੁਰਤ ਨੂੰ ਨਾ ਇੱਧਰ ਕਰਨਾ ਬਸ ਠੀਕ ਹੈ ਜੀ ਨਾ ਇੱਧਰ ਕਰਨਾ ਨਾ ਉੱਧਰ ਕਰਨਾ ਆਖੋ ਵਾਹਿਗੁਰੂ ਸੁਰਤ ਨੂੰ ਇੱਕ ਜਗ੍ਹਾ 'ਤੇ ਟਿਕਾ ਲਿਆ ਮੈਂ ਅੰਦਰੋਂ ਸੁਰਤ ਕਰਕੇ ਵੀ ਇੱਧਰ ਵੀ ਹੁੰਦਾ ਇੱਧਰ ਵੀ ਹੁੰਦਾ ਅਤੇ ਮੈਨੂੰ ਡਰ ਆਉਂਦਾ ਵੀ ਇੱਥੇ ਵੀ ਸ਼ਿਕਾਰੀ ਨਾ ਹੋਵੇ ਇੱਥੇ ਵੀ ਸ਼ਿਕਾਰੀ ਨਾ ਹੋਵੇ ਅਤੇ ਮੇਰੀ ਸੁਰਤ ਕਿਸੇ ਜਾਲ ਵਿੱਚ
ਫਸ ਨਾ ਜਾਵੇ। ਮੈਨੂੰ ਡਰ ਆਇਆ ਨਾ ਜਦਨ ਦਾ, ਬਾਬਾ ਕਬੀਰ ਕਹਿੰਦਾ ਬਹੁਤ ਚੰਗਾ ਹੋਇਆ ਭਲੀ ਪਈ, ਵੇਖੋ ਪਕੜ 'ਤੇ ਆਉਣਾ ਬਹੁਤ ਘੱਟ ਰੂਹਾਂ ਦੇ। ਮੈਂ ਅਰਦਾਸ ਕਰਦਾ ਗੁਰੂ ਸਾਹਿਬ ਮੇਰਾ ਵਹਿਮ ਗਲਤ ਹੋਵੇ, ਤੁਹਾਨੂੰ ਸਾਰਿਆਂ ਨੂੰ ਸਮਝ ਲੱਗਣ ਡੀ ਹੋਵੇ, ਚੁਬਦ ਦੀ ਸੁਣਦੇ ਹੀ ਹੋ, ਚੰਗੇ ਹੋ, ਗੁਰਸਿੱਖ ਹੋ, ਭਲੀ ਪਈ ਬੋਲੋ, ਇਹਦਾ ਅਰਥ ਕੀਤਾ ਭਲਾ ਹੋਇਆ ਜੋ ਭਉ ਭਰਿਆ। ਜਿੱਦਣ ਤੋਂ ਡਰ ਆਉਣਾ ਸ਼ੁਰੂ ਹੋ ਗਿਆ ਵੀ ਮੈਂ ਇਸ ਮਾਲਕ ਨੂੰ ਛੱਡ ਕੇ ਨਾ ਇੱਧਰ ਜਾਣਾ, ਅਤੇ ਸੱਚਮੁੱਚ ਸਿੱਖ ਚਲੇ ਗਏ, ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਦਰ ਛੱਡ ਕੇ ਸਿੱਖ ਸੱਚਮੁੱਚ ਚਲੇ ਗਏ। ਬਹੁਤ ਘੱਟ ਨੇ ਜਿਨ੍ਹਾਂ ਦਾ ਟਾਰਗੇਟ ਸ਼ਬਦ ਆ, ਜਿਨ੍ਹਾਂ ਦਾ ਨਿਸ਼ਾਨਾ ਸ਼ਬਦ ਬਹੁਤ ਘੱਟ ਜੇ। ਐਵੇਂ ਨਾ ਚੱਕਰ ਮੰਨਣਾ ਵੀ ਬੜੇ ਬੜੇ ਅਭਿਆਸੀ ਰੂਹਾਂ ਲੱਗਦੀਆਂ ਨੇ, ਇਹ ਵੀ ਕਿਸੇ ਨਾ ਕਿਸੇ ਨੂੰ ਕੁਛ ਪੁੱਛਦੀਆਂ ਜੇ, ਝੂਠ ਨਹੀਂ ਕਹਿ ਰਿਹਾ। ਇਹ ਵੀ ਜਰਾ ਕਿ ਧੀ ਦੇ ਸਿਰ ਪੀੜ ਹੋਵੇ ਤਾਂ ਕਿਸੇ ਭਾਈ ਨੂੰ ਕਹਿੰਦੇ ਨੇ, ਇਹ ਵੀ ਕਿਸੇ ਦੇ ਕੰਨ ਪੀੜ ਹੋਵੇ ਤਾਂ ਕਿਸੇ ਨਾ ਕਿਸੇ ਬਾਬੇ ਕੋਲ ਜਾ ਕੇ ਸਲਾਹ ਲੈਂਦੇ, ਬਾਬਾ ਜੀ ਕੀ ਕਰੀਏ, ਤੈਨੂੰ ਕਿਉਂ ਭੁੱਲ ਗਿਆ, ਤੇਰੇ ਗੁਰੂ ਨੇ ਕੀ ਕਿਹਾ, ਇਹ ਕਿਉਂ ਤੈਨੂੰ ਗੱਲ ਭੁੱਲ ਗਈ, ਆਖੋ ਏ ਗੁਰੂ ਪਕੜ ਰਹੇ ਹੋ ਜੀ, ਤੈਨੂੰ ਇਹ ਗੱਲ ਕਿਉਂ ਭੁੱਲ ਗਈ ਵੀ ਤੇਰੇ ਗੁਰੂ ਨੇ ਕੀ ਕਿਹਾ। ਰੱਬ ਨਾ ਕਰੇ ਕਿਸੇ ਦੀ ਧੀ ਬਿਮਾਰ ਹੋ ਜਾਵੇ, ਪੁੱਤਰ ਬਿਮਾਰ ਹੋ ਜਾਏ, ਕਿਉਂ ਖੜਕਾਉਂਦੇ ਹੋ ਕਿਸੇ ਦਾ ਫੋਨ, ਇਹਨੂੰ ਲਾਓ ਨਾ, ਉਹ ਤਾਂ ਰਾਤ ਨੂੰ ਫੋਨ ਬੰਦ ਕਰਕੇ ਸੁੱਤਾ ਹੋਊਗਾ, ਫਿਰ ਕੀ ਕਰੇਗਾ ਜਿਹਨੂੰ ਤੂੰ ਫੋਨ ਲਾਇਆ, ਆਖੋ ਏ ਗੁਰੂ। ਉਹ ਤਾਂ ਰਾਤ ਨੂੰ ਜਿਹਨੂੰ ਤੂੰ ਆਪਣਾ ਨਾਤਾ ਜੋੜ ਬੈਠਾ, ਇਹਦੇ ਨਾਲੋਂ ਨਾਤਾ ਤੋੜ ਕੇ ਇਹ ਸੁਣਦਾ ਨਹੀਂ ਹੋ। ਸਦ ਸ਼ਬਦ ਵਰਤਿਆ, ਸਦ ਸਦ ਮਣੇ ਆਲਵੇਜ਼, 24 ਘੰਟੇ ਸਦ ਸੁਣਦਾ, ਬੋਲੋ ਭਲਾ, ਅਤੇ ਸਦ ਵੇਖਦਾ। ਸ਼ਬਦ ਜਿਹੜਾ ਸ਼ਬਦ ਗੁਰੂ ਆ, ਇਹ ਸਦਾ ਹੀ ਸਿੱਖ ਦੀ ਅਰਦਾਸ ਸੁਣਦਾ ਹੈ, ਅਤੇ ਸੁਣ ਕੇ ਉਸੇ ਵੇਲੇ ਨੇਤਰ ਚੁੱਕ ਕੇ ਆਪਣੇ ਸਿੱਖ ਦੇ ਘਰ ਵੱਲ ਵੇਂਦਾ ਹੈ। ਸਿੱਖਾ ਬਦਕਿਸਮਤੀ ਹੁਣ ਇਸ ਕੌਮ ਦੀ, ਮੇਰਾ ਵੀ ਘਰ ਆ, ਤੁਹਾਡਾ ਵੀ ਘਰ ਆ, ਅਸੀਂ ਸੱਚਮੁੱਚ ਇੰਨੇ ਬਾਬੇ ਪਾਲ ਲਏ ਨੇ, ਇੰਨੇ ਬਾਬੇ ਪਾਲ ਲਏ, ਜੇ ਮੈਂ ਕਹਾਂ ਤਾਂ ਕੋਈ ਗਲਤ ਨਹੀਂ, ਹਰ ਘਰ 'ਚ ਕੋਈ ਨਾ ਕੋਈ ਜਾਂ ਭਾਈ ਸਾਹਿਬ ਆ ਜਾਂ ਬਾਬਾ ਆ। ਆਪਣੇ ਮਨ ਦੀ ਬਿਰਥਾ ਅਸੀਂ ਗੁਰੂ ਨੂੰ ਨਹੀਂ ਦੱਸਦੇ, ਆਖੋ ਵਾਹਿਗੁਰੂ ਸੱਚਾ ਜੀ, ਆਪਣੇ ਮਨ ਦੀ ਬਿਰਥਾ ਗੁਰੂ ਸਾਹਿਬ ਨੂੰ ਨਹੀਂ ਦੱਸਦੇ। ਮੇਰਾ ਬਾਬਾ ਕਹਿੰਦਾ ਮੈਨੂੰ ਡਰ ਆ ਗਿਆ ਵੀ ਮੈਂ ਇਹਦੀ ਸੁਰਤ ਵਿੱਚੋਂ ਇਹ ਸ਼ਬਦ ਨੂੰ ਕੱਢ ਕੇ ਕਿਸੇ ਹੋਰ ਪਾਸੇ ਝਾਕਣਾ ਹੀ ਨਹੀਂ, ਭਲੀ ਪਈ ਜੋ ਭਉ ਭਰਿਆ, ਹੁਣ ਤਾਂ ਬੋਲਣ ਲੱਗ ਪੈਣਾ ਸੀ ਤੁਹਾਨੂੰ, ਭਲੀ ਪਈ ਅਤੇ ਅੱਗੇ ਜਾ ਕੇ ਕਹਿੰਦੇ ਦਿਸ਼ਾ ਗਈ ਸਭ ਭੂਲ, ਪਤਾ ਹੈ ਆਉਂਦੀ ਬਾਣੀ ਪੁੱਤ ਨੂੰ, ਦਿਸ਼ਾ ਗਈ ਦਿਸ਼ਾ ਬਣੇ ਨਹੀਂ, ਦਿਸ਼ਾਵਾਂ ਉੱਤਰ ਨੂੰ ਦੱਖਣ ਨੂੰ ਚੜ੍ਹਦੇ ਨੂੰ ਲਹਿੰਦੇ ਨੂੰ, ਇਹ ਜਿਹੜੀਆਂ ਦਿਸ਼ਾਵਾਂ ਨੇ ਵਾਸ਼ ਹੀ ਹੋ ਗਈਆਂ, ਇੱਕੋ ਹੀ ਰਸਤਾ ਖੁੱਲ੍ਹਾ ਰਹਿ ਗਿਆ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਖੋ ਵਾਹਿਗੁਰੂ। ਇਹ ਪੂਰਨ ਆਸ਼ਕ ਦੀ ਕਹਾਣੀ ਹੈ, ਇਹ ਕਨੇਹੀ ਆਸ਼ਕੀ, ਬੋਲੋ ਨਾ, ਜਿੱਤ ਇੱਕ ਨਹੀਂ ਚਾਕਰੀ, ਇੱਥੋਂ ਛੱਡ ਕੇ
ਕਿਸੇ ਹੋਰ ਦੇ ਡੇਰੇ 'ਤੇ ਜਾ ਕੇ ਵੀ ਜੋੜੇ ਝਾੜਨੇ, ਦੂਜੇ ਲੱਗੇ ਚਾਹੇ ਦੂਸਰੇ ਥਾਂ ਵੀ ਚੱਲ ਜਾਏ। ਇਹ ਗੁਰੂ ਅੰਗਦ ਦੇਵ ਸਾਹਿਬ ਦਾ ਅਨੁਭਵ ਆ ਵੀ ਲੋਕੋ ਚਾਕਰੀ ਤਾਂ ਕਰਦੇ ਜੇ, ਇਹ ਕਿਹੋ ਜਿਹੀ ਚਾਕਰੀ ਆ, ਨਾਲੇ ਗੁਰੂ ਦੇ ਜੋੜੇ ਝਾੜ ਦਿਓ, ਨਾਲੇ ਬੰਦੇ ਦੇ ਜੋੜੇ ਝਾੜ ਦਿਓ। ਮੇਰਾ ਬਾਬਾ ਕਹਿੰਦਾ ਮੈਨੂੰ ਸਾਰੀਆਂ ਦਿਸ਼ਾਵਾਂ ਭੁੱਲ ਗਈਆਂ। ਅਤੇ ਅੱਗੇ ਪ੍ਰਮਾਣ ਬੜਾ ਸੁੰਦਰ ਦਿੰਦੇ, ਸੁਣਿਓ ਗੁਰੂ ਕੇ ਸਿੱਖੋ, ਔਰਾ 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 ਮੀਨਜ ਕੀ ਹੁੰਦਾ? ਮੈਂ ਪੁੱਛਣਾ ਆਪ ਜੀ ਨੂੰ, ਕਿਉਂਕਿ ਤੁਸੀਂ ਬਾਣੀ 'ਚ ਡੁੱਬੇ ਬੈਠੇ ਹੋ ਸਕਦਾ ਸੰਗਤ 'ਚ ਬੈਠਿਆਂ ਕੋਈ ਅਰਥ ਇਹੋ ਜਿਹਾ ਖੁੱਲ੍ਹ ਜਾਏ ਵੀ ਸਾਨੂੰ ਸਮਝ ਲੱਗ ਜਾਏ। ਔਰਾ ਕਹਿੰਦੇ ਗਲੇ ਨੂੰ, ਮੀਂਹ ਦੇ ਵਿੱਚ ਕੀ ਡਿੱਗਦੇ ਬੋਲੋ, ਔਰੇ ਵੀ ਔੜੇ ਵੀ ਕਹਿੰਦੇ ਆ ਅਤੇ ਗੜਾ ਵੀ ਕਹਿੰਦੇ, ਗੜਾ ਵੀ ਕਹਿੰਦੇ। ਸੁਣੋ ਧਿਆਨ ਨਾਲ, ਜਦੋਂ ਗੜਾ ਧਰਤੀ 'ਤੇ ਡਿੱਗਦਾ ਹੈ ਨਾ ਉੱਤੋਂ ਸਮਾਨ 'ਚੋਂ, ਅਤੇ ਜੇ ਤਾਂ ਜਿੱਥੇ ਡਿੱਗੇ ਉੱਥੇ ਹੀ ਖਲੋ ਜਾਏ, ਅਤੇ ਮਗਰੋਂ ਔਲੇ ਦਿਓ ਪੈਂਦਾ ਵਾ ਮੀਂਹ, ਇੱਥੋਂ ਤੱਕ ਸਮਝ ਲੱਗ ਗਈ? ਆਖੋ ਵਾਹਿਗੁਰੂ। ਗੜਾ ਡਿੱਗਣ ਤੋਂ ਬਾਅਦ ਉੱਤੋਂ ਕੀ ਪੈਂਦਾ? ਅਤੇ ਜਿਹੜਾ ਗੜਾ ਵਾ ਉਹ ਵੀ ਪਾਣੀ ਆ ਅਤੇ ਜੰਮਿਆ ਹੈ, ਧਿਆਨ ਦਿਓ ਕੀ ਹੋਇਆ, ਪਾਣੀ ਫਰੀਜ਼ ਹੋ ਗਿਆ, ਜੰਮਿਆ ਉੱਤੇ ਪਾਣੀ ਪੈਣਾ ਸ਼ੁਰੂ ਹੋ ਗਿਆ ਅਤੇ ਉਹ ਗਲਣਾ ਸ਼ੁਰੂ ਹੋ ਗਿਆ। ਨਹੀਂ ਪਤਾ ਲੱਗ ਰਿਹਾ? ਗਲਣਾ ਅਤੇ ਗਲਦਾ 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 ਜਿਸ ਪਾਣੀ 'ਚੋਂ ਬਣਿਆ ਸੀ ਉਹਦੇ ਵਿੱਚ ਅਭੇਦ ਹੋ ਗਿਆ। ਜੇ ਉਹ ਗੜਾ, ਇੱਕ ਮਿੰਟ ਲਈ ਹੁਣ ਦੂਸਰੇ ਪਾਸੇ ਜਾਣਾ, ਜੇ ਉਹ ਗੜਾ ਉੱਥੋਂ ਹਿੱਲ ਕੇ ਕਿਸੇ ਬਰਾਂਡੇ ਵੱਲ ਨੂੰ ਹੋ ਜਾਂਦਾ ਰਿੜ ਕੇ, ਅਤੇ ਗਲਣਾ ਤਾਂ ਉਹਨੇ ਫੇਰ ਵੀ ਸੀ, ਪਤਾ ਇੱਕ ਨਹੀਂ ਕੀ ਹੋਣਾ ਸੀ? ਨਹੀਂ, ਟਾਈਮ ਇੱਕੋ ਇੱਕ ਪੱਖ ਹੋਰ ਆ, ਧਿਆਨ ਨਾਲ ਸੁਣਿਓ, ਮੈਨੂੰ ਪਤਾ ਲੱਗ ਗਿਆ ਤੁਸੀਂ ਸੁਣਦੇ ਹੋ। ਇੱਕ ਤਾਂ ਸਮਾਂ ਲੱਗਣਾ ਸੀ ਗਲਣ ਦਾ, ਇੱਕ ਗਲ ਕੇ ਪਾਣੀ ਨਾਲ ਜਾ ਕੇ ਨਹੀਂ ਸੀ ਰਲਣਾ, ਉਹਨੇ ਉੱਥੇ ਹੀ ਧਰਤੀ 'ਚ ਸਮਾਈ ਜਾਣਾ ਸੀ, ਪਾਣੀ ਦਾ ਰੂਪ ਹੋ ਕੇ ਜਾਏ ਮਿਲੇ ਉਹ ਢਲ ਕੂਲ, ਕੂਲ ਕਹਿੰਦੇ ਨਦੀ ਨੂੰ। ਆਖੋ ਵਾਹਿਗੁਰੂ, ਇੱਕ ਵਾਰ ਉੱਚੀ ਬੋਲੋ, ਕੂਲ ਕਿਹਨੂੰ ਕਹਿੰਦੇ? ਨਦੀ ਨੂੰ। ਜਿੱਥੇ ਡਿੱਗਾ ਜੇ ਤਾਂ ਉੱਥੇ ਛਿੱਟਾਂ ਪੈਂਦੀਆਂ ਰਹਿੰਦੀਆਂ, ਅਤੇ ਢਲ ਕੇ ਉਹਨੇ ਨਦੀ ਵਿੱਚ ਜਾ ਕੇ ਅਤੇ ਸਮੁੰਦਰ ਵਿੱਚ, ਸਮੁੰਦਰ 'ਚੋਂ ਹੀ ਆਇਆ ਸੀ, ਜਿਸ 'ਤੇ ਉਪਜਿਆ ਨਾਨਕਾ, ਜਿਹਦੇ ਵਿੱਚੋਂ ਪੈਦਾ ਹੋਇਆ ਸੀ ਪਾਣੀ, ਸਮੁੰਦਰ 'ਚੋਂ ਅਸਮਾਨ ਅਤੇ ਅਸਮਾਨ ਤੋਂ ਥੱਲੇ, ਅਤੇ ਉੱਥੋਂ ਸਮਾਨ 'ਚੋਂ ਗੜਾ ਬਣ ਕੇ ਅਤੇ ਜੰਮ ਗਿਆ। ਥੋੜ੍ਹਾ ਜਿਹਾ ਭੇਜ ਦਿਓ, ਥੋੜ੍ਹਾ ਜਿਹਾ ਹੋਰ ਇਕਾਗਰਤਾ ਬਖਸ਼ੋ ਤਾਂ ਕਿ ਮੈਂ ਇਸ ਪੱਖ ਨੂੰ ਪੂਰਾ ਲੈ ਸਕਾਂ। ਆਖੋ ਵਾਹਿਗੁਰੂ, ਗੱਜ ਕੇ ਬੋਲੋ। ਉਹ ਗੜਾ ਜਿਹੜਾ ਸੀ ਜੇ ਤਾਂ ਢਲ ਕੇ ਬਰਾਂਡੇ ਥੱਲੇ ਚਲੇ ਗਿਆ, ਕਿਸੇ ਪਾਥੀ ਥੱਲੇ ਵੀ ਚਲੇ ਗਿਆ, ਪਾਥੀ ਸਮਝਦੇ ਹੋ, ਪਾਥੀ ਗੋਹੇ ਦੀ ਦੇ ਥੱਲੇ ਹੋ ਗਿਆ, ਅਤੇ ਉਹਨੇ ਗਲਣਾ ਤਾਂ ਹੈ, ਗਲ ਕੇ ਉੱਥੇ ਦਾ ਉੱਥੇ ਮਿੱਟੀ 'ਚ ਹੀ ਸਮਾਜਣਾ, ਉਹਨੇ ਪਾਣੀ ਦਾ ਰੂਪ ਨਹੀਂ ਆਉਣਾ। ਜੇ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸੁਰਤ ਛਿਨਵੀਂ ਇੱਧਰ ਉੱਧਰ ਲੈ ਗਏ, ਸਵਾਸ ਤਾਂ ਖਤਮ ਹੋ ਰਹੇ ਨੇ, ਸਵਾਸ ਤਾਂ ਬੰਦਾ ਮੁੱਕ ਵੀ ਰਿਹਾ, ਜਿਤਨਾ ਗੜਾ ਥੋੜ੍ਹਾ ਥੋੜ੍ਹਾ ਕਰਕੇ ਖੁਰ ਰਿਹਾ ਹੈ, ਅਸੀਂ ਵੀ ਖੁਰ ਰਹੇ ਹਾਂ, ਅਤੇ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਅਸੀਂ ਜਜ਼ਬ ਹੋ ਜਾਣਾ, ਇੱਥੇ ਮਰਜ ਹੋ ਜਾਣਾ, ਅਸੀਂ ਉਹ ਬਣ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਸ਼ਬਦ ਦੇ ਵਿੱਚ ਅਭੇਦ ਨਹੀਂ ਹੋਵਾਂਗੇ, ਜੇ ਚਰਕ ਸਾਡੀ ਸੁਰਤ ਸ਼ਬਦ ਤੋਂ ਇੱਧਰ ਉੱਧਰ ਹੋ ਗਈ। ਤੇ ਇਹ ਸ਼ਬਦ ਬੜਾ ਪਿਆਰਾ ਬਾਬਾ ਕਬੀਰ ਜੀ ਦਾ, ਤੁਸੀਂ ਸੁਣਿਓ। ਕਬੀਰ ਭਲੀ ਭਈ ਜਿਉਂ ਭਉ ਭਰਿਆ,
ਦਿਸ਼ਾ ਗਈ ਸਭ ਭੂਲ, ਬੋਲੋ ਹਾਂ ਇੱਧਰ ਤੇ ਉੱਧਰ ਦਾ ਸਾਰਾ ਹੀ ਭੁੱਲ ਗਿਆ ਵੀ ਇੱਧਰ ਉੱਧਰ ਵੀ ਕੁਛ ਹੈਗਾ ਹੈ। ਇਹ ਬੜੀ ਟਿਕਾਣੇ ਦੀ ਕਹਾਣੀ ਆ। ਜੇ ਕਿਤੇ ਸਿੱਖ ਦ੍ਰਿੜ ਕਰਕੇ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਕਰ ਲਏ ਅਤੇ ਜਿਸ ਸ਼ਬਦ ਵਿੱਚੋਂ ਇਹਨੇ ਜਨਮ ਲਿਆ ਹੈ, ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦੇ ਕੀ ਆ ਘੱਟ ਘੱਟ ਪ੍ਰਗਾਸ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਪੁਰੀਆਂ, ਸਭ ਸਭ ਨਾਮ ਤੋਂ ਬਣਿਆ। ਜੇ ਕਦੀ ਨਾਮ ਨੂੰ ਸਹੀ ਮੰਨ ਕੇ ਆਪਣੇ ਅੰਦਰ ਵਸਾ ਕੇ ਵੀ ਮੇਰਾ ਨਾਮ ਤੋਂ ਬਿਨਾਂ, ਮੇਰਾ ਸ਼ਬਦ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ, ਅਤੇ ਸੱਚੀ ਮੁੱਚੀ ਫਿਰ ਜਪਦਾ 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 ਜਿਸ 'ਤੇ ਉਪਜਿਆ ਨਾਨਕਾ ਸੋਈ ਫਿਰ ਹੋਆ, ਉਹਦੇ ਵਿੱਚ ਭੇਦ ਹੋ ਸਕਦਾ ਹੈ। ਥੋੜ੍ਹੀ ਜਿਹੀ ਬਰੀਕੀ ਸਮਝ ਲਿਓ, ਇੱਧਰ ਉੱਧਰ ਇੱਕ ਪੈਰ ਵੀ ਧਰਿਆ ਗਿਆ ਨਾ। ਹੁਣ ਤੁਸੀਂ ਆਪਣੇ ਅੰਦਰ, ਤੁਸੀਂ ਮੇਰੇ ਲਈ ਸੋਚਦੇ ਹੋ, ਮੈਂ ਤੁਹਾਡੇ ਲਈ ਸੋਚਦਾ, ਹਰ ਸਿੱਖ ਆਪਣੇ ਲਈ ਸੋਚੇ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਮੈਂ ਕਿਸੇ ਮਨੁੱਖ ਦਾ ਤਾਂ ਨਹੀਂ ਧਿਆਨ ਧਰਦਾ। ਇਹ ਵੀ ਕਹਿਣਾ ਵੀ ਮੈਨੂੰ ਫਲਾਣੇ ਨੇ ਨਾਮ ਜਪਣ ਦੀ ਜੁਗਤੀ ਦੱਸੀ, ਇਹ ਵੀ ਬੰਦੇ ਦਾ ਧਿਆਨ ਧਰਨਾ ਹੈ? ਨਹੀਂ ਪਤਾ ਲੱਗ ਰਿਹਾ ਜੀ। ਹੁਣ ਸਾਰੇ ਤਾਂ ਕਿਤੇ ਨਾ ਕਿਤੇ ਪੁੱਛਦੇ, ਤਾਂ ਹੀ ਚੁੱਪ ਹੋ ਗਏ ਹੋ। ਭਾਈ ਸਾਹਿਬ ਨਾਮ ਕਿਤਨਾ ਜਪੀਦਾ ਜੀ, ਭਾਈ ਸਾਹਿਬ ਜੀ ਦਸਵਾਂ ਦੁਆਰਾ ਕਿਤਨਾ ਖੁੱਲੀਦਾ ਹੈ, ਤੁਹਾਡੇ ਦੇ ਬਾਪੂ ਨੇ ਕਿਹਾ ਗੁਰਦੁਆਰੇ ਲਾਏ ਭਾਵਨੀ, ਬੋਲੋ ਇੱਕ ਨਾ। ਅਤੇ ਜਦੋਂ ਗੁਰਦੁਆਰੇ ਨਾਲ ਪਿਆਰ ਕਰਨ ਨੂੰ ਕਿਹਾ ਭਾਵਨੀ, ਮੈਨੇ ਪ੍ਰੇਮ ਗੁਰਦੁਆਰੇ ਨਾਲ ਪ੍ਰੇਮ ਕਰੋ, ਇਹ ਦਸਮ ਦੁਆਰਾ ਆਪੇ ਹੀ ਖੋਲ ਦੂ। ਅਤੇ ਜੇ ਤੁਸੀਂ ਖੋਲਣ ਕਿਸੇ ਕੋਲੋਂ ਚਲੇ ਗਏ, ਤਾਂ ਹੋ ਸਕਦਾ ਜਿਹਨੂੰ ਖੁਲਵਾਉਣ ਗਏ ਹੋ ਉਹਦੇ ਆਪਣੇ ਨਾਂ ਦੇ ਨਾਂ ਵੀ ਬੰਦ ਹੋਣ। ਕੀ ਗਰੰਟੀ ਸਾਡੇ ਕੋਲ ਵੀ ਕਿਸੇ ਦਾ ਦਸਮ ਦੁਆਰ ਖੁੱਲ੍ਹਾ ਹੈ? ਆਖੋ ਵਾਹਿਗੁਰੂ। ਅਸੀਂ ਉਹਦੇ ਅੱਗੇ ਮੀਨ ਵਜਾਉਂਦੇ ਰਹੇ ਜਾ ਕੇ, ਬਾਬਾ ਜੀ ਸਾਡਾ ਦਸਵਾਂ ਦੁਆਰਾ ਖੋਲ੍ਹ ਦਿਓ। ਜਦੋਂ ਤੁਹਾਡੇ ਬਾਬੇ ਅਮਰਦਾਸ ਨੇ ਕਿਹਾ ਵੀ ਗੁਰਦੁਆਰੇ ਲਾਏ ਭਾਵਨੀ, ਮੈਨੇ ਕੀ ਦੱਸਿਆ? ਪ੍ਰੇਮ। ਗੁਰਦੁਆਰੇ ਨਾਲ ਸੱਚੇ ਦਿਲੋਂ ਪ੍ਰੇਮ ਕਰਨਾ ਸ਼ੁਰੂ ਕਰ ਲਾ, ਤੈਨੂੰ ਦਸਮ ਦੁਆਰ ਦੇ ਦੀਦਾਰ ਆਪੇ ਹੀ ਗੁਰੂ ਕਰਾ ਦਿਓ। ਨੌ ਦਰਵਾਜ਼ਿਆਂ ਤੋਂ ਉੱਤੇ ਤਾਲਾ ਲੱਗਾ ਹੈ, ਆਖੋ ਵਾਹਿਗੁਰੂ। ਕੀ ਆਖਿਆ? ਨੌ ਦਰਵਾਜ਼ਿਆਂ ਤੋਂ ਉੱਤੇ ਤਾਲਾ ਲੱਗਾ, ਜਿਹੜਾ ਖੁੱਲ੍ਹਦਾ ਨਹੀਂ। ਵਜਰ ਕਪਾਟ ਨਾ ਖੁੱਲ੍ਹਣੀ, ਨਾ ਖੁੱਲ੍ਹਣੀ। ਪੱਥਰ ਦੇ ਦਰਵਾਜ਼ੇ ਵੱਜੇ ਨੇ ਉਸ ਦਸਮ ਨੂੰ, ਆਖੋ ਵਾਹਿਗੁਰੂ। ਅਤੇ ਆਖਿਆ ਕੀ ਖੋਲ੍ਹਦਾ? ਇੱਥੇ ਆਣ ਕੇ ਪੁੱਛਿਆ, ਬਾਪੂ ਜੀ ਮੈਨੂੰ ਵੀ ਕੁਛ ਦੱਸੋ ਜੁਗਤੀ, ਦਸਮ ਕਿਤਰਾ? ਕਹਿੰਦੇ ਗੁਰ ਸ਼ਬਦ ਖੁੱਲ੍ਹੀ ਜੇ ਨਹੀਂ। ਕੀ ਹੋਇਆ? ਮਤਲਬ ਗੁਰੂ ਦੇ ਸ਼ਬਦ ਦੀ ਕਮਾਈ ਖੋਲੂਗੀ। ਪੱਥਰ ਦਾ ਦਰਵਾਜ਼ਾ ਕਿਤਰਾ ਖੋਲ ਦੂ? ਕਹਿੰਦੇ ਪਿਘਲ ਜਾਣਗੇ ਉਹ ਦਰਵਾਜ਼ੇ ਜਦੋਂ ਤੂੰ ਵਾਹਿਗੁਰੂ 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 ਕਰਕੇ ਤੇ ਵੇਖੋ, ਕਿਤੇ ਨਹੀਂ ਜਾਣਾ ਪੈਣਾ। ਵਾਹਿਗੁਰੂ 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 ਵਾਹਿਗੁਰੂ। ਸੁਰਤ ਟਕਾਓ ਭਲਾ ਸ਼ਬਦ ਵਿੱਚ, ਧੁਨੀ ਚ ਧੁਨੀ ਚ ਗੁਰੂ ਵਾਹਿਗੁਰੂ 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 ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਸਰੀਰ ਨੂੰ ਘਰ ਆਖਿਆ, ਸੁਣੋ ਧਿਆਨ, ਸਰੀਰ ਨੂੰ ਅਤੇ ਇਸ ਘਰ ਵਿੱਚ ਵਸਤੂ ਰੱਖ ਕੇ ਰੱਬ ਨੇ ਤਾਲਾ ਲਾ ਤਾ, ਤਾਲਾ ਜਿਸ ਕਾ ਗ੍ਰਹਿ 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 ਬਣੇ ਤਿੰਨ ਦੀਆ ਤਾਲਾ, ਰੱਬ ਦਾ ਬਣਾਇਆ ਹੋਇਆ ਘਰ ਕਿੱਥੇ ਚਲੇ ਗਿਆ ਸਿੱਖ? ਸੁਣੋ, ਇਹ ਸਰੀਰ ਜਿਸ ਮਾਲਕ ਨੇ ਬਣਾਇਆ ਇਹਦੇ ਵਿੱਚ ਵਸਤੂ ਰੱਖ ਕੇ ਨਾ, ਅਤੇ ਉਹਨੂੰ ਕੁੰਜੀ ਪਰਮਜੀਤ ਸੋਨੂੰ ਅਤੇ ਭੁਪਿੰਦਰ ਸੋਨੂੰ ਨਹੀਂ ਦਿੱਤੀ, ਕੁੰਜੀ ਗੁਰ ਸੰਪਾਈ, ਬੋਲੋ ਭਲਾ ਕਿਹਨੂੰ ਸੰਪੀ ਹੈ? ਫਿਰ ਗੁਰੂ ਤੋਂ ਇਲਾਵਾ ਕਿਸੇ ਨੂੰ ਕੋਈ ਪੁੱਛਦੇ ਹੋ? ਜਦੋਂ ਕਿਸੇ ਦੇ ਹੱਥ, ਤੁਸੀਂ ਬੋਲੋ ਥੋੜ੍ਹਾ ਜਿਹਾ, ਮੈਨੂੰ ਪਤਾ ਲੱਗੇ ਵੀ ਤੁਸੀਂ ਨਾਲ ਨਾਲ ਤੁਰੇ ਆ ਰਹੇ ਹੋ। ਜਦੋਂ ਕਿਸੇ ਦੇ ਹੱਥ ਚਾਬੀ ਉਹਨੇ ਦਿੱਤੀ ਨਹੀਂ, ਕਿਉਂ ਟੁੱਕਰਾ ਮਾਰਦੇ ਹੋ? ਇੱਕ ਸ਼ਬਦ ਹੈ ਗੁਰੂ, ਅਤੇ ਗੁਰੂ ਕੇਵਲ ਧਰਤੀ 'ਤੇ ਸਿੱਖ ਲਈ, ਗੁਰੂ ਗ੍ਰੰਥ ਸਾਹਿਬ ਆਖੋ ਵਾਹਿਗੁਰੂ। ਜੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਗੁਰੂ ਕੋਈ ਨਹੀਂ, ਤਾਂ ਚਾਬੀ 'ਤੇ ਉਹਨੇ ਲਿਖ ਦਿੱਤਾ ਗੁਰਬਾਣੀ 'ਚ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੋਪਾਈ, ਸੋਪਾਈ ਮਣੇ ਸੋਪਤੀ ਵੀ ਲੈ ਪਈ, ਜਿਹੜਾ ਤੇਰੀ ਸ਼ਰਨ 'ਚ ਆਊਗਾ ਉਹਦਾ ਦਰਵਾਜ਼ਾ। ਅਤੇ ਜਦੋਂ ਉੱਥੇ ਸਿੱਧਕ ਹੀ ਨਹੀਂ ਟਿਕ ਰਿਹਾ, ਉੱਥੇ ਸਾਰੀ ਆਸਥਾ ਹੀ ਨਹੀਂ ਬਣ ਰਹੀ, ਅਤੇ ਜਿੱਥੇ ਮਰਜ਼ੀ ਖੁਲਵਾ ਲਓ ਉਹ ਤੁਹਾਡਾ ਹੀ ਹੋਊਗਾ, ਕੋਈ ਉਹ ਕੋਈ ਤੁਹਾਡੀ ਬਣਾਈ ਹੋਈ ਜਗ੍ਹਾ ਗਈ। ਕੱਲ੍ਹ ਵੀ ਬੱਚੇ ਇੱਧਰ ਗਏ ਸਾਂ ਕਿਤੇ ਪ੍ਰਸ਼ਾਦਾ ਛਕਣ, ਉੱਥੇ ਇੱਕ ਬੱਚੀ ਕਹਿੰਦੀ ਸੀ ਗੱਲ ਬਣ ਗਈ ਸੀ ਵਿਗੜ ਗਈ। ਮੈਂ ਕਿਹਾ ਧੀਏ ਬਣੀ ਨਹੀਂ ਹੋਣੀ ਅਜੇ, ਨਹੀਂ ਪਤਾ ਲੱਗਾ ਕੀ ਕਿਹਾ, ਹਾਲੀ ਬਣੀ ਨਹੀਂ ਹੋਣੀ। ਮੇਰੇ ਬਾਣੀ 'ਚ ਮੇਰੇ ਪਿਤਾ ਜੀ ਨੇ ਲਿਖਿਆ, ਸਖੀ ਬੋਲੋ, ਸਹੇਲੀ ਨੂੰ ਕਹਿੰਦੀ ਸਖੀ ਵਸ ਆਇਆ, ਅੱਗੇ ਕੀ ਫਿਰ ਤੇਰੇ ਨਾਲ ਕਿਤਨਾ ਹੋ ਗਿਆ, ਨਹੀਂ ਤੇਰੇ ਵਸ ਵੀ ਆ ਗਿਆ ਅਤੇ ਫਿਰ ਛੱਡ ਵੀ ਗਿਆ। ਮੇਰੇ ਬਾਪੂ ਦਾ ਤਾਂ ਸੁਭਾਅ ਨਹੀਂ, ਵਾਹੇ ਜਿਹਨਾਂ ਦੀ, ਉਹ ਤਾਂ ਜਦੀ ਇੱਕ ਵਾਰ ਬਾਂਹ ਫੜ ਲੈਂਦਾ ਹੈ ਉਹ ਤਾਂ ਸਿਰ ਵੀ ਦੇ ਕੇ ਫਿਰ ਬਾਂਹ ਨਹੀਂ ਛੱਡਦਾ। ਕਮਲੀਏ ਤੈਨੂੰ ਕਿਸੇ ਨੇ ਹੋਰ ਹੀ ਅੱਖਾਂ ਉੱਖਾਂ ਮਿਟਵਾ ਕੇ ਕਹਿਤਾ ਹੋਣਾ ਵੀ ਤੇਰੀ ਗੱਲ ਬਣ ਗਈ, ਨਹੀਂ ਪਤਾ ਲੱਗ ਰਿਹਾ ਕਿਤੇ ਹੋਰ ਉਰਲੇ ਥਾਂ 'ਤੇ ਸਟੇਸ਼ਨ 'ਤੇ ਹੀ ਕਿਸੇ ਨੇ ਪਹਾੜ ਵਿਖਾਤੇ ਹੋਣੇ ਅਤੇ ਆਖਿਆ ਹੋਊ ਇਹ ਹੀ ਸ਼੍ਰੀਨਗਰ ਆ। ਜੇ ਕੋਈ ਕਿਸੇ ਨੂੰ ਪਤਾ ਨਾ ਹੋਵੇ ਵੀ ਸ਼੍ਰੀਨਗਰ ਕੀ ਹੈ, ਇੱਥੋਂ 10 ਕੁ ਮੀਲ ਜਾ ਕੇ ਪਹਾੜ ਦੇ ਉੱਤੇ ਵਰਪਾ ਹੀ ਹੋਵੇ ਤੈਨੂੰ ਕਹੇ ਆ ਗਿਆ ਸ਼੍ਰੀਨਗਰ। ਇਹੀ ਕਹਾਣੀ ਆ ਗੁਰੂ ਕੇ ਸਿੱਖੋ। ਕੁੰਜੀ ਇੱਕ ਵਾਰ ਮੈਨੂੰ ਦੱਸ ਦਿਓ, ਮੈਂ ਅੱਜ ਦੇ ਸ਼ਬਦ ਦੀ ਵਿਚਾਰ ਕਰਨੀ ਹੈ ਸਲੋਕ ਦੀ। ਅੱਖ ਵਾਹਿਗੁਰੂ ਜਿਸ ਕਾ ਗ੍ਰਹਿ, ਅੱਜ ਤੋਂ ਪੱਕੀ ਕਰ ਲਓਗੇ ਵੀ ਜਿਹੜੀ ਮੰਜ਼ਿਲ ਮੇਰੀ ਆ ਦਸਮ ਦੁਆਰ ਤੱਕ ਪਹੁੰਚਣਾ। ਅੱਖ ਵਾਹਿਗੁਰੂ ਦਸਮ ਦੁਆਰ ਕੁੰਚੀ ਜਬ ਦੀਜੈ, ਬੋਲੋ ਭਲਾ ਕੁੰਚੀ ਕਿਹਨੂੰ ਕਿਹਾ, ਕੁੰਜੀ ਨੂੰ ਚਾਬੀ ਨੂੰ। ਦਸਮ ਦੁਆਰ ਕੁੰਚੀ ਜਬ ਦੀਜੇ ਤੋ ਦਿਆਲ ਕੋ ਦਰਸ਼ਨ ਕੀਜੇ, ਤਾਂ ਦਿਆਲ ਦੇ ਦੀਦਾਰ ਹੁੰਦੇ ਆ ਜਦੋਂ ਦਸਮ ਦੁਆਰ ਵਿੱਚ ਚਾਬੀ ਲੱਗਦੀ ਅਤੇ ਚਾਬੀ ਸਤਿਗੁਰੂ ਕੋਲ। ਕਿੰਨਾ ਸਿੱਖ ਦਾ ਵਿਸ਼ਵਾਸ ਬਣ ਜਾਂਦਾ ਜੇ ਸਿੱਖ ਨੂੰ ਇਹ ਭਰੋਸਾ ਬਣ ਜਾਂਦਾ। ਲੁਧਿਆਣੇ ਵਿੱਚ ਇੱਕ ਬੈਠਾ ਮਰ ਗਿਆ ਹੁਣ, ਉਹ ਕਹਿੰਦਾ ਸੀ ਮੇਰੀ ਕੁੱਤੀ ਦਾ ਵੀ ਦਸਵਾਂ ਦੁਆਰਾ ਖੁੱਲ੍ਹਾ ਹੈ,
ਡੇਢ ਡੇਢ ਕਰੋੜ ਰੁਪਈਆ ਦੇ ਕੇ ਉਹਨੇ ਲੋਕਾਂ ਨੂੰ ਡੇਢ ਡੇਢ ਕਰੋੜ ਰੁਪਈਆ ਲੈ ਕੇ ਲੁੱਟਿਆ, ਆ ਜਾਓ ਮੇਰੇ ਕੋਲ, ਮੈਂ ਤੁਹਾਡਾ ਦਸਵਾਂ ਦੁਆਰ ਖੋਲ੍ਹਦਾ। ਅਤੇ ਕਮਾਲ ਦੀ ਗੱਲ, ਜਿਹੜਾ ਉਹਦੇ ਕੋਲ ਜਾ ਕੇ ਆਇਆ ਉਹ ਕਹਿੰਦਾ ਸੀ ਮੇਰਾ ਖੁੱਲ੍ਹ ਗਿਆ। ਅਤੇ ਮੈਂ ਕਈ ਵਾਰ ਉਹਨੂੰ ਚੈਲੇਂਜ ਕੀਤਾ ਸੀ, ਆਖੋ ਵਾਹਿਗੁਰੂ ਤੁਹਾਡੇ ਚੌਂਕੀਦਾਰ ਨੇ ਸੀਸਗੰਜ ਬੰਗਲਾ ਸਾਹਿਬ ਤੋਂ ਲਾਈਵ ਕਥਾ ਕਰਦਿਆਂ, ਵੀ ਭਾਈ ਸਾਨੂੰ ਦੱਸ ਤਾਂ ਸਹੀ, ਤੈਨੂੰ ਚਾਬੀ ਕਿਹਨੇ ਦਿੱਤੀ ਆ, ਗੁਰੂ ਕੋਲੋਂ ਕਦੋਂ ਦੀ ਚਾਬੀ ਵੰਡੀ ਗਈ ਆ? ਆਖੋ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜਾਂ ਨੂੰ ਦਿੱਤੀ, ਵੀ ਮੇਰੀ ਜਗ੍ਹਾ 'ਤੇ ਤੁਸੀਂ ਅੱਜ ਤੋਂ ਪਾਵਰ ਖੋਲ੍ਹੋ, ਤੁਸੀਂ ਚਾਹੋ ਤਾਂ ਕਿਸੇ ਦੇ ਦਰਵਾਜ਼ੇ ਖੋਲ੍ਹ ਸਕਦੇ ਹੋ, ਮਗਰ ਇੱਕ ਬੰਦੇ ਨੂੰ ਤਾਂ ਚਾਬੀ ਨਹੀਂ ਦਿੱਤੀ, ਮਗਰ ਸਾਡੀ ਭੋਲੀ ਪਬਲਿਕ ਨੇ ਉਸ ਬੰਦੇ ਨੂੰ ਵੀ ਇੰਨਾ ਧਨ ਬਖਸ਼ਿਆ, ਬਾਹਰਲੇ ਦੇਸ਼ਾਂ ਵਿੱਚੋਂ ਇੱਥੋਂ ਅੰਬਾਰ ਲੱਗ ਗਏ ਉਹਦੇ ਕੋਲ ਪੈਸੇ ਦੇ, ਜਿਹੜਾ ਕੀ ਕਰਦਾ ਸੀ ਪੁੱਤ ਦੱਸ, ਤੈਨੂੰ ਇਹਨੂੰ ਪੁੱਛਣਾ, ਮੈਨੂੰ ਪਤਾ ਸੀ ਤੂੰ ਕਿਤੇ ਗਈ ਹੈ। ਆਖੋ ਵਾਹਿਗੁਰੂ। ਬੱਚੇ ਉਹ ਟਿਕ ਕੇ ਸੁਣੋ, ਜਿਹੜਾ ਲੋਕਾਂ ਦੇ ਦਸਮ ਦੁਆਰੇ ਖੋਲ੍ਹਦਾ ਸੀ ਨਾ, ਆਪ ਜਿੱਦਣ ਮਰਿਆ ਵਾ ਨਾ, ਹਸਪਤਾਲ ਵਾਲਿਆਂ ਵੀ ਜਵਾਬ ਦੇ ਦਿੱਤਾ ਸੀ ਅਤੇ ਕੀੜੇ ਪੈ ਕੇ ਮਰਿਆ। ਸਿੱਖਾ ਗੁਰੂ ਦੀ ਜਗ੍ਹਾ ਨਾ ਲਈ, ਜੇ ਭੁਪਿੰਦਰ ਸਿੰਘ ਕੋ ਆਣ ਕੇ ਆਖੇ ਨਾ ਮੇਰੇ ਦਸਮ ਦੁਆਰ ਦੀ ਕਹਾਣੀ, ਕਹਿੰਦੇ ਗੁਰਦੁਆਰੇ ਚੱਲ ਜਾ ਬਈ, ਬਾਬੇ ਅਮਰਦਾਸ ਨੂੰ ਪੜ੍ਹ ਲਾ, ਗੁਰਦੁਆਰੇ ਲਾਏ ਭਾਵਨਾ ਬਣਾ ਲਾ, ਗੁਰਦੁਆਰੇ ਇੱਕ ਨਾ ਦਸਮ ਦੁਆਰ ਦਿਖਾ ਦਊਗਾ ਤੈਨੂੰ, ਇੱਛਾ ਰੱਖੇਗਾ ਤਾਂ ਦਿਖਾ ਦੂਗਾ, ਜੋ ਮੰਗੇ ਤੂੰ ਇੱਛਾ ਇਹ ਰੱਖ ਕੇ ਆ ਵੀ ਮੇਰਾ ਮਹਾਰਾਜ ਦਸਮ ਦੁਆਰਾ ਖੋਲ੍ਹ ਦਿਉ, ਖੋਲ੍ਹ ਦੂਗਾ ਗੁਰੂ, ਕਿਉਂਕਿ ਚਾਬੀ ਇਹਦੇ ਕੋਲ ਆ। ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੇ, ਜਿਹਨਾਂ ਨੂੰ ਬਾਣੀ ਆਉਂਦੀ, ਤਾਕ ਮਨੇ ਦਰਵਾਜ਼ਾ, ਗੁਰੂ ਤੋਂ ਬਿਨਾਂ ਮਨ ਦੇ ਵੱਜੇ ਹੋਏ ਦਰਵਾਜ਼ੇ ਨਹੀਂ ਖੁੱਲ੍ਹਦੇ। ਅਵਰ ਨਾ ਕੁੰਜੀ ਹੱਥ, ਬਾਣੀ ਪੜ੍ਹਨ ਵਾਲੇ ਹੋ ਜਰਾ ਕੋਈ ਹੋਰ ਸੁਚੇਤ ਹੋ ਗਏ, ਅਵਰ ਇਹਦਾ ਮਤਲਬ ਫਿਰ ਅੱਜ ਤੋਂ ਭੋਗ ਪਾ ਦੋਗੇ ਨਾ? ਮੈਨੂੰ ਪਰਮਜੀਤ ਸਿੰਘ ਆਏ ਨੂੰ ਪੁੱਛਿਓ, ਭਾਅ ਜੀ ਤੁਹਾਨੂੰ ਕੋਈ ਗਿਆਨ ਆ ਦਸਮ ਦੁਆਰ ਦਾ? ਭਾਅ ਜੀ ਤੁਹਾਨੂੰ ਕੋਈ ਚੌਥੀ ਅਵਸਥਾ ਦਾ ਗਿਆਨ ਆ? ਭਾਅ ਜੀ ਤੁਹਾਨੂੰ ਕੋਈ ਸਹਿਜ ਦਾ ਗਿਆਨ ਆ? ਮੇਰੇ ਕੋਲੋਂ ਕੇਵਲ ਕਥਾ ਸੁਣੋ ਬਸ, ਅਤੇ ਜੁੜੋ ਬਾਣੀ ਨਾਲ। ਬਾਣੀ ਤੁਹਾਡਾ ਸੰਪੂਰਨ ਗੁਰੂ ਹੈ, ਪੂਰਾ ਗੁਰੂ ਆ। ਗੁਰਮਿਲ ਤਾਂ ਕਿ ਖੁੱਲ੍ਹੇ ਕਪਾੜ, ਤੁਹਾਡੇ ਕਵਾੜ ਖੋਲੂਗੀ ਕੀ? ਗੁਰਬਾਣੀ, ਗੁਰਬਾਣੀ ਨੂੰ ਪਿਆਰ ਕਰੋ, ਗੁਰਬਾਣੀ ਨੂੰ ਸਤਿਕਾਰ ਕਰੋ, ਬਾਣੀ ਨੂੰ ਵਿਚਾਰ ਕੇ ਪੜ੍ਹੋ, ਨੇਮ ਨਾਲ ਨਹੀਂ ਵਿਚਾਰ ਕੇ ਪੜ੍ਹੋ। ਅੱਜ ਜਿਹੜਾ ਮੈਂ ਇੱਕ ਪਤਾ ਤੁਹਾਡੇ ਨਾਲ ਵਿਚਾਰ ਕੇ ਸਲੋਕ ਵਿਚਾਰੂੰਗਾ, ਉੱਥੇ ਲਿਖਿਆ ਜੈ ਪ੍ਰਸਾਦ ਧਰ ਉੱਪਰ ਸੁਖ ਬਸੇ ਹੈ। ਬੋਲੋ ਭਲਾ, ਵਿਚਾਰ ਕੀਤੀ ਇਹਦੀ ਕਦੇ? ਇੱਥੋਂ ਮਾਰ ਖਾ ਗਏ, ਇੱਥੋਂ ਮਾਰ ਖਾ ਗਏ, ਸਮਝ ਗਿਆ? ਇੱਥੋਂ ਸਿੱਖ ਮਾਰ ਖਾ ਗਿਆ, ਧੋਖਾ ਖਾ ਗਿਆ। ਮੈਂ ਕੇਵਲ ਪੜ੍ਹਿਆ ਆ ਬੀਬੀਆਂ ਰਾਣੀਆਂ ਨੇ ਸੱਤਵੇਂ ਅੱਠਵੇਂ ਦਿਨ ਐਤਵਾਰ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ, ਆਖੋ ਵਾਹਿਗੁਰੂ। ਮੈਂ ਪੜ੍ਹ ਤੇ ਗਈ, ਜੈ ਪ੍ਰਸਾਦ ਧਾਰ ਉੱਪਰ ਬਸੇ, ਬਾਬਾ ਸੱਸਾ ਹਾਏ ਨੂੰ ਸਿਹਾਰੀ ਬਸੇ, ਜਿਹਦੀ ਕਿਰਪਾ ਨਾਲ ਧਰਮ ਨੇ ਧਰਤੀ, ਜਿਹਦੀ ਕਿਰਪਾ ਨਾਲ ਧਰਤੀ 'ਤੇ ਤੂੰ ਸੁੱਖ ਨਾਲ ਵੱਸ ਰਿਹਾ ਹੈ। ਸੁੱਤ ਪ੍ਰਾਤ ਮੀਤ ਬੰਤਾ ਪੜ੍ਹ ਹਾਂ, ਇਤਰਾਂ ਸੁਖਮਨੀ ਤੇਰੇ ਦਰਵਾਜ਼ੇ ਖੋਲ੍ਹੇ, ਤੂੰ ਤਾਂ ਪੜ੍ਹਦਾ ਜੈ ਪ੍ਰਸਾਦ ਹੋ ਗਿਆ ਹੈ ਪਾਠ ਜੀ, ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ। ਪੜ੍ਹਨਾ ਇਤਰਾਂ ਭਾਵੇਂ ਇੱਕ ਪਤਾ ਹੀ ਪੜ੍ਹੀ, ਤਕਦੀਰਾਂ ਬਦਲ ਜਾਣ ਗਈਆਂ, ਇੱਕ ਪਤਾ ਪੜ੍ਹੀ, ਜੈ ਪ੍ਰਸਾਦ ਧਰ ਸੁੱਖ ਬਸੇ, ਸੁੱਤ ਪ੍ਰਾਤ ਮੀਤ ਬੰਤਾ
ਜੈ ਪ੍ਰਸਾਦ ਪੀਵੇ ਸੁਖਦਾਈ ਪਵਨ ਪਾਵਕ ਅਮੁੱਲਾ, ਜੈ ਪ੍ਰਸਾਦ ਭੋਗੇ ਸਭ ਸਾਰੇ ਰਸ ਭੋਗਦਾ ਹੈ। ਉਹਨੂੰ ਕਦੀ ਯਾਦ ਕੀਤਾ ਹੀ ਕਿਹਦੀ ਕਿਰਪਾ ਹੈ, ਇਹ ਤੈਨੂੰ ਰੋਟੀ ਕਿੰਨੇ ਦਿੱਤੀ ਆ, ਦਿਨੇ ਹਸਤ ਪਾਮ ਕਰਨ ਨੇਤਰ। ਕਮਾਲ ਦੀ ਗੱਲ ਆ, ਪਕੜ ਲਓ ਹੱਥ ਮੈਨੂੰ ਕਿਸੇ ਪਰਮਜੀਤ ਸਿੰਘ ਨੇ ਨਹੀਂ ਦਿੱਤੇ, ਫਿਰ ਪਰਮਜੀਤ ਸਿੰਘ ਦੇ ਕੋਲ ਜਾਂਦੇ ਹੀ ਕਿਉਂ ਜੇ। ਪਾਮ ਪੈਰ ਪਰਮਜੀਤ ਸਿੰਘ ਨੇ ਦਿੱਤੇ ਨੇ, ਬਲਦੇਵ ਸਿੰਘ ਨੇ ਦਿੱਤੇ ਨੇ, ਮਨਜੀਤ ਸਿੰਘ ਨੇ ਦਿੱਤੇ ਨੇ, ਆਪਾਂ ਭੱਜੇ ਫਿਰਦੇ ਹਾਂ, ਪੈਰਾਂ 'ਤੇ ਮੱਥੇ ਟੇਕਦੇ ਫਿਰਦੇ ਲੋਕਾਂ ਦੇ। ਵੇਖੋ ਸਿੱਖੋ, ਮੈਂ ਤਾਂ ਸਤਿਗੁਰੂ ਆਪਣੇ ਦੀ ਅਸੀਸ ਦਾ ਸਦਕਾ, ਅਨੰਦਪੁਰ ਸਾਹਿਬ ਵਾਲੇ ਦੀ ਅਸੀਸ ਦਾ ਸਦਕਾ, ਉਹ ਦੱਸਣਾ ਹੈ ਜੋ ਤੁਹਾਡਾ ਰੂਟ ਹੈਗਾ ਹੈ। ਜੇ ਇਹਨੂੰ ਕੋਈ ਸੁਰਤ ਚੈਲੇਂਜ ਕਰਦੀ ਹੈ ਤਾਂ ਮੈਂ ਮਾਫ਼ੀ ਮੰਗਦਾ। ਮੈਂ ਕਹਿੰਦਾ ਕਿਸੇ ਮਨਜੀਤ ਸਿੰਘ ਦੇ, ਕਿਸੇ ਹਰਜੀਤ ਸਿੰਘ ਦੇ, ਕਿਸੇ ਸਤਾਗਰ ਸਿੰਘ ਦੇ ਪੈਰਾਂ 'ਤੇ ਨਾ ਸਿਰ ਰੱਖੋ, ਸਿਰ ਰੱਖੋ ਜਿਸ ਮਾਲਕ ਨੇ ਤੁਹਾਨੂੰ ਸਿਰ ਦਿੱਤਾ ਹੈ। ਸਚੇਤ ਹੋ ਥੋੜ੍ਹਾ, ਚਿੱਟੇ ਪਰਨ ਵਾਲੇ ਸਚੇਤ ਹੋ ਜਾਓ ਥੋੜ੍ਹਾ। ਦਿਨੇ ਹਸਤ ਪਾਮ ਕਰਨ ਨੇਤਰ ਅਤੇ ਰਸਨਾ, ਇਹ ਸਭ ਕੁਝ ਜਿਹਨੇ ਤੈਨੂੰ ਦਿੱਤਾ ਹੈ, ਅਤੇ ਸੇ ਤਿਆਗ ਨਾ, ਅਜੇ ਨਹੀਂ ਅਜੇ ਕਹਿਣਾ, ਅਤੇ ਸੇ ਤਿਆਗ ਉਹਨੂੰ ਛੱਡ ਕੇ। ਤੈਨੂੰ ਕੁਐਸਚਨ ਕਰ ਰਿਹਾ ਮੇਰਾ ਗੁਰੂ, ਬੜੇ ਅਲਾਮੇ ਨਾਲ ਤੈਨੂੰ ਕਹਿ ਰਿਹਾ ਵੀ ਜਿਹਨੇ ਤੈਨੂੰ ਹੱਥ ਦਿੱਤੇ ਪੈਰ ਦਿੱਤੇ, ਕਦੀ ਹੱਥਾਂ ਅਤੇ ਪੈਰਾਂ ਦੀ ਕੀਮਤ ਸਮਝੀ ਗੁਰੂ ਕਿਆ ਸਿੱਖਾ। ਔਰ ਜਿਹੜਾ ਭਾਈ ਸਾਹਿਬ ਬੈਠੇ ਨੇ ਨਾ ਤਾਬਿਆਂ 'ਤੇ, ਇਹ ਇਸ ਤਰ੍ਹਾਂ ਚੌਰ ਕਰਦੇ ਨੇ ਕਿਉਂਕਿ ਇਹਨੂੰ ਰੱਬ ਨੇ ਹੱਥ ਦਿੱਤੇ ਨੇ, ਇਹਨਾਂ ਦੀ ਜਗ੍ਹਾ 'ਤੇ ਕੋਈ ਟੁੰਡਾ ਬੈਠਾ ਹੋਏ। ਤੈਨੂੰ ਹੱਥਾਂ ਦੀ ਕੀਮਤ ਦਾ ਨਹੀਂ ਪਤਾ, ਆਖੋ ਵਾਹਿਗੁਰੂ। ਇਹਨਾਂ ਦੀ ਜਗ੍ਹਾ 'ਤੇ ਕੋਈ ਬਲਾਇੰਡ ਬੈਠਾ ਹੋਏ, ਇਹਨਾਂ ਦੀ ਜਗ੍ਹਾ 'ਤੇ ਕੋਈ ਲੂਲਾ ਬੈਠਾ ਹੋਏ, ਕੀ ਚੜ੍ਹ ਕੇ ਪੌੜੀਆਂ ਆਜੂ ਉੱਤੇ, ਬੋਲੋ ਜੀ, ਕੋਈ ਚੁੱਕ ਕੇ ਲਿਆ ਉਹਨਾਂ। ਹੱਥ ਨਾਲ ਚੌਰ ਕੀਤਾ ਹੈ ਰੱਬ ਨੇ ਸਾਨੂੰ ਹੱਥ ਦਿੱਤੇ, ਅੱਖਾਂ ਨਾਲ ਹੁਕਮਨਾਮਾ ਪੜ੍ਹਿਆ ਰੱਬ ਨੇ ਸਾਨੂੰ। ਵੇਖੋ ਕਿੰਨਾ ਸੋਹਣਾ ਸ਼ਬਦ ਹੈ, ਦਿਨੇ ਹਸਤ ਪਾਮ ਕਰਨ ਨੇਤਰ ਰਸਨਾ, ਅਤੇ ਸੇ ਤਿਆਗ ਉਹਨੂੰ ਛੱਡ ਕੇ ਹੋਰਨਾਂ ਦੇ ਨਾਲ ਰਚਿਆ ਫਿਰਦਾ। ਮੈਨੂੰ ਪਤਾ, ਵੇਖੋ ਜੀ, ਜਿਹੜੀ ਬਿਮਾਰੀ ਪੈ ਗਈ ਹੋਵੇ ਨਾ, ਆਖੋ ਵਾਹਿਗੁਰੂ, ਆਦਤ ਪੈ ਗਈ ਹੋਵੇ ਨਾ ਕਿਸੇ ਨੂੰ, ਉਹ ਹਟਦੀ ਨਹੀਂ। ਸਿੱਖਾ ਤਰਲਾ ਪਾ ਕੇ ਚੱਲਿਆ ਜੰਮੂ ਆਣ ਕੇ, ਸਗਲ ਦੁਆਰ ਕੋ ਛੱਡ ਕੇ, ਛੱਡਦੇ ਸਾਰਿਆਂ ਦੇ ਦੁਆਰੇ ਆ ਜਾ ਉੱਥੇ, ਜਿਹਨੇ ਹੱਥ ਦਿੱਤੇ, ਜਿਹਨੇ ਪੈਰ ਦਿੱਤੇ, ਜਿਹਨੇ ਰਸਨਾ ਦਿੱਤੀ, ਜਿਹਨੇ ਕੰਨ ਦਿੱਤੇ, ਜਿਹਨੇ ਅੱਖਾਂ ਦਿੱਤੀਆਂ, ਉਸ ਮਾਲਕ ਕੋਲ, ਅਤੇ ਉਹਦਾ ਨਾਂ ਗੁਰੂ ਗ੍ਰੰਥ ਸਾਹਿਬ ਹੀ। ਇੰਨਾ ਚੇਤਾ ਰੱਖ ਲਈ, ਆਖੋ ਵਾਹਿਗੁਰੂ, ਉਹਦਾ ਨਾਮ ਬੇਅੰਤ ਲੋਕੇ ਨੇ। ਜਿੱਥੇ ਰਾਧਾ ਸਵਾਮੀਆਂ ਕੋਲ ਜਾਂਦੇ, ਨਿਰੰਕਾਰੀਆਂ ਕੋਲ ਜਾਂਦੇ, ਉੱਥੇ ਵਡਭਾਗ ਸਿੰਘ ਕੋਲ ਜਾਂਦੇ, ਉੱਥੇ ਦੂਸਰਿਆਂ ਕੋਲ ਜਾਂਦੇ, ਤੀਸਰਿਆਂ ਕੋਲ ਜਾਂਦੇ, ਇਹ ਤੁਹਾਡੇ ਗੁਰੂ ਨਹੀਂ। ਤੁਹਾਡੇ ਗੁਰੂ ਦਾ ਨਾਮ ਗੁਰੂ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਜਿਹੜਾ ਵਾਹਿਗੁਰੂ ਸ਼ਬਦ ਆ, ਉਹ ਤੁਹਾਡਾ ਅਤੇ ਮੇਰਾ ਗੁਰੂ ਹੈ। ਆਓ ਸਾਹਿਬ ਜੀ ਕਹਿੰਦੇ ਵੀ ਜਿਹੜੇ ਤੈਨੂੰ ਸਭ ਕੁਝ ਦਿੱਤਾ ਹੈ ਉਹਦੇ ਨਾਲ ਜੁੜ। ਨਿਰਗੁਣਿਆਰ ਏਆਣਿਆ ਸੋ ਸੋ ਉਹ ਪ੍ਰਭ ਸਦਾ ਸੰਭਾਲ, ਨਹੀਂ ਸੰਭਾਲ, ਸੰਭਾਲ ਬਣੇ ਚੇਤੇ ਕਰਨ, ਤੂੰ ਉਹਨੂੰ ਚੇਤੇ ਕਰ ਜਿਸ ਮਾਲਕ ਨੇ ਜਿਨ ਕੀਆ। ਕਿਹਨੂੰ ਚੇਤੇ ਰੱਖਣਾ? ਜਿਹਨੇ ਤੈਨੂੰ ਬਣਾਇਆ ਹੈ,
ਜਿਨ ਕੀਆ ਤੇ ਸੱਚੀ ਮੁੱਚੀ ਉਹਨੂੰ ਚੇਤੇ ਰੱਖੇਗਾ ਤੇ ਗੁਰੂ ਗਰੰਟੀ ਦੇ ਰਿਹਾ ਨਾਨਕ ਨਿਭ ਹੀ ਨਾਲ ਤੇਰੇ ਨਾਲ ਨਿਭੂ। ਆਓ ਹੁਣ ਸ਼ਬਦ ਦੀ ਵਿਚਾਰ ਕਰ ਲਈਏ। ਸਲੋਕ ਅੱਜ ਵਿਚਾਰਨਾ ਆਪਾਂ ਜਪਜੀ ਸਾਹਿਬ ਸੰਪੂਰਨ ਹੋ ਗਿਆ, ਪ੍ਰਕਰਨ ਤੇ ਚੱਲ ਰਿਹਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਇੱਕ ਵਾਰ ਯਾਦ ਕਰ ਲਓ, ਵਾਹ ਵਾਹ ਗੋਬਿੰਦ ਸਿੰਘ ਜੀ, ਵਾਹ ਵਾਹ ਗੋਬਿੰਦ ਸਿੰਘ ਜੀ, ਵਾਹ ਆਲਮ ਸ਼ਾਹ, ਹੱਕ ਹੱਕ ਆਗਾਹ, ਏਜ ਦੀ ਮਨਜੂਰ, ਨਾਸਰੋ ਮਨਸੂਰ, ਹੱਕ ਹੱਕ ਆਦੇਸ਼, ਬਾਦਸ਼ਾਹ ਦਰਵੇਸ਼। ਉਸ ਵੇਲੇ ਮਾਲਕ ਦਾ ਆਗਮਨ ਹੈ, ਆਪਾਂ ਇਹ ਸਮਾਗਮ ਉਹਦਾ ਰੱਖੇ। ਦੋ ਸਲੋਕ ਰਹਿ ਗਏ ਸੀ, ਫਿਰ ਅੱਗੇ ਪਿੱਛੇ ਚਲੇ ਗਏ ਜਿੱਥੇ ਰਿਕਾਰਡਿੰਗ ਨਹੀਂ ਸੀ ਹੈਗੀ ਅੱਖ ਵਾਹਿਗੁਰੂ, ਤਾਂ ਕਰਕੇ ਇਹ ਰਹਿ ਗਏ। ਇੱਕ ਪੌੜੀ ਰਹਿ ਗਈ ਸੀ ਜਿਹੜੀ ਰਾਤੀ ਪੜ੍ਹੀ, ਜੱਤ ਪਹਾਰਾ ਤੇਰ ਸੁਨਿਆਰ, ਐਰਨ ਮਤ ਪਾਉ ਖਲਾ, ਭਾਂਡਾ ਪਾਓ ਘੜੀਏ, ਜਿਨਕੋ ਨਾਨਕ ਨਜ਼ਰੀ। ਇਹ ਰਾਤੀ ਆਪ ਜੀ ਨੇ ਵਿਚਾਰ ਸੁਣ ਲਈ। ਜੇ ਨਹੀਂ ਕੋਈ ਆਇਆ ਵੀਰ ਨਵਾਂ ਆਇਆ ਤਾਂ ਆਪ ਜੀ ਯੂਟਿਊਬ ਤੋਂ ਸੁਣ ਲਿਓ, ਯੂਟਿਊਬ 'ਤੇ ਪੈ ਜਾਣੀ ਆ। ਇੱਥੇ ਫਸਟ ਵੀ ਆਉਂਦਾ, ਉਹ ਪਿਤਾ ਜੀ ਕਹਿ ਰਹੇ ਸੀ ਵੀ ਆਉਂਦਾ, ਇੱਥੇ ਸੁਣਦੇ ਹਾਂ ਅਸੀਂ ਕਥਾ। ਅੱਜ ਦਾ ਸਲੋਕ ਹੈ, ਬਾਬੇ ਨਾਨਕ ਨੇ ਬਹੁਤ ਵੱਡੇ ਕੁਦਰਤ ਦੇ ਨਜ਼ਾਰੇ ਨੂੰ ਤੁਹਾਡੇ ਅਤੇ ਮੇਰੇ ਕਲਾਵੇ 'ਚ ਲਿਆਉਣ ਦੀ ਅਸੀਸ ਦਿੱਤੀ ਆ ਵੀ ਤੁਸੀਂ ਗੁਰੂ ਕਿਹਨੂੰ ਮੰਨੋ। ਗੁਰੂ ਪਵਨ ਗੁਰੂ, ਨਾ 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 ਅੱਗੇ ਨਹੀਂ, ਪਹਿਲਾਂ ਖਲੋ, ਅਜੇ ਗੁਰੂ ਦੀ ਗੱਲ ਹੋ ਰਹੀ। ਇਹੋ ਹੀ ਤਾਂ ਸਾਡਾ ਗੱਲ ਹੈ ਵੀ ਛੇਤੀ ਨਾ ਪੜ੍ਹ ਕੇ ਅੱਗੇ। ਰਾਤੀ ਵੀ ਮੁੰਡਾ ਸੰਤੋਖ ਜਦੋਂ ਮੈਂ ਪੜ੍ਹਦਾ ਸਾਰਾ ਅੱਗੇ ਪੜ੍ਹੀ ਜਾਂਦੇ ਸੀ। ਤੁਸੀਂ ਦੱਸ ਸਕਦੇ ਹੋ ਰਾਤੀ ਕੀ ਦੱਸਿਆ ਸੀ? ਦੱਸ ਨੇ ਖਿੰਥਾ, ਕਾਲ, ਕੁਆਰੀ, ਕਾਇਆ, ਜੂੜ, ਡੰਡਾ, ਪ੍ਰਤੀਤ, ਤਿੰਨ ਹਿੱਸਿਆਂ 'ਚ ਸ਼ਬਦ ਨੂੰ ਵੰਡਿਆ ਸੀ। ਕੋਈ ਦੱਸ ਸਕਦੇ ਹੱਥ ਖੜਾ ਕਰਕੇ? ਵਾਹਿਗੁਰੂ। ਪਵਨ ਗੁਰੂ, ਗੁਰੂ ਕੌਣ ਆ? ਪਵਨ। ਪਵਨ ਕਿਸ ਤਰ੍ਹਾਂ ਗੁਰੂ ਆ? ਇੱਕ ਪਾਸੇ ਕਹਿੰਦੇ ਸ਼ਬਦ ਗੁਰੂ ਆ, ਅੱਖ ਵਾਹਿਗੁਰੂ। ਜਦੋਂ ਤੁਸੀਂ ਮੂੰਹ 'ਚੋਂ ਕੋਈ ਸ਼ਬਦ ਬੋਲਦੇ ਹੋ ਤਾਂ ਕੀ ਨਿਕਲਦੀ ਹੈ? ਇੱਕ ਹਵਾ ਹੀ ਆ ਜਿਹੜੀ ਵਿਆਪਕ ਆ। ਪਾਣੀ ਵਿਆਪਕ ਨਹੀਂ, ਕਿਤੇ ਧਰਤੀ 'ਤੇ ਪਾਣੀ ਹੈਗਾ ਹੈ ਅਤੇ ਕਿਤੇ ਨਹੀਂ ਹੈਗਾ, ਵਿਆਪਕ ਨਹੀਂ। ਹਰ ਚੀਜ਼ ਵਿਆਪਕ ਨਹੀਂ ਗੀ, ਇੱਕ ਹਵਾ ਹੈ ਜਿਹੜੀ ਤੁਸੀਂ ਸ਼ੀਸ਼ਿਆਂ 'ਚ ਵੀ ਬੰਦ ਕਿਸੇ ਨੂੰ ਕਰ ਦਿਓ, ਹਵਾ ਵੀ ਉੱਥੇ ਵੀ ਪਹੁੰਚ ਜਾਂਦੀ। ਅੱਖ ਵਾਹਿਗੁਰੂ। ਮੇਰਾ ਸਾਹਿਬ ਕਹਿੰਦਾ ਸੁਣ ਸਿੱਖਾ, ਪਵਨ ਤੇਰਾ ਗੁਰੂ ਹੈ। ਜਦੋਂ ਤੂੰ ਮੂੰਹ ਦੇ ਵਿੱਚੋਂ ਵਾਹਿਗੁਰੂ ਬੋਲਦਾ ਹੈ ਤਾਂ ਮੂੰਹ ਦੇ ਵਿੱਚੋਂ ਹਵਾ ਹੀ ਨਿਕਲਦੀ। ਇਹ ਸਾਰੇ ਗੁਰੂ ਦੇ ਕਰਮ ਜਿਹੜਾ ਹੈ ਹਵਾ ਕਰਦੀ, ਅਤੇ ਹਵਾ ਨੂੰ ਗੁਰੂ ਨੇ, ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਪਵਨ ਗੁਰੂ, ਅਤੇ ਤੂੰ ਬਣਿਆ ਕਿੱਥੋਂ? ਪਾਣੀ ਦੀ ਬੂੰਦ 'ਚੋਂ। ਅੱਖ ਵਾਹਿਗੁਰੂ। ਪਾਣੀ ਪਿਤਾ ਤਾਂ ਹੈ
ਜਲ ਕੀ ਭੀਤ ਨੀਂਹ ਕਹਿੰਦੀ ਹੈ, ਬੇਸਕਾ ਦਾ ਹੈ ਪਾਣੀ ਦਾ, ਇੱਕ ਪਾਣੀ ਦੀ ਬੂੰਦ ਤੋਂ ਤੂੰ ਬਣਿਆ ਹੈ, ਅਤੇ ਤੇਰਾ ਪਿਤਾ ਜਿਹੜਾ ਹੈ ਉਹ ਪਾਣੀ ਹੈ। ਨੋਟ ਕਰੀ, ਪਾਣੀ ਨੂੰ ਦੂਸ਼ਿਤ ਨਾ ਕਰ, ਹਵਾ ਨੂੰ। ਸੱਚੀ ਮੁੱਚੀ ਜਿਸ ਤਰ੍ਹਾਂ ਦੁਨਿਆਵੀ ਤੌਰ 'ਤੇ ਚਿਮਨੀਆਂ ਲਾ ਲਾ ਕੇ ਆਖੋ ਵਾਹਿਗੁਰੂ, ਹਵਾ ਨੂੰ ਦੂਸ਼ਿਤ ਕੀਤਾ, ਇਸ ਤਰ੍ਹਾਂ ਹੀ ਥਾਂ ਥਾਂ 'ਤੇ ਸਰਕਾਰਾਂ ਨੇ ਗੁਰੂ ਬਾਬਾ ਕੇ ਗੁਰੂ ਸ਼ਬਦ ਨੂੰ ਵੀ ਦੂਸ਼ਿਤ ਕੀਤਾ ਹੈ। ਵੈਸੇ ਗੁਰੂ ਦੂਸ਼ਿਤ ਨਹੀਂ ਹੁੰਦਾ, ਆਖੋ ਵਾਹਿਗੁਰੂ। ਦੂਸ਼ਿਤ ਇਸ ਕਰਕੇ ਨਹੀਂ ਹੁੰਦਾ, ਜਦੋਂ ਤੇਜ਼ ਹਵਾ ਵਗਦੀ ਸਾਰੇ ਬਿਠਾਏ ਹੋਏ ਧੂੰਏ ਤਾਂ ਸਾਰੇ ਉਡਾ ਕੇ ਲੈ ਜਾਂਦੀ। ਜਿੱਦਣ ਗੁਰੂ ਕਿਹਾ ਸਿੱਖਾ ਬਾਬੇ ਜਰਨੈਲ ਸਿੰਘ ਦੇ ਵੇਲੇ ਸਿੱਖੀ ਦੀ ਲਹਿਰ ਚੱਲੀ ਸੀ ਨਾ, ਸਭ ਚੁੱਕ ਕੇ ਭੱਜ ਗਏ ਸੀ, ਮੰਜੀਆਂ ਮੰਜੀਆਂ ਲੱਭਦਾ ਹੀ ਕੋਈ ਨਹੀਂ ਸੀ। ਜਿੱਦਣ ਕਦੀ ਤੁਹਾਡੇ ਅੰਦਰ ਗੁਰਸਿੱਖੀ ਦੀ ਰੋਂ ਦੀ ਪੂਰੀ ਹਵਾ ਚੱਲੂਗੀ, ਤੁਹਾਡੀ ਸੁਰਤ ਦੇ ਵਿੱਚੋਂ ਇਹ ਜਿੰਨਾ ਧੂੰਆਂ ਛੂਹਾਂ ਸਾਰਾ ਹੀ ਦੂਰ ਹੋ ਜਾਊ। ਜਿਸ ਤਰ੍ਹਾਂ ਚਿਮਨੀਆਂ ਦਾ ਧੂੰਆਂ ਉਡਾ ਕੇ ਹਵਾ ਸ਼ੁੱਧ ਹੋ ਜਾਂਦੀ ਹੈ, ਇਸ ਤਰ੍ਹਾਂ ਹੀ ਜਿੱਦਣ ਸਿਮਰਨ ਅਭਿਆਸ ਵੱਧਦਾ ਹੈ, ਰਸਤੇ ਵਿੱਚ ਕੁਛ ਨਹੀਂ ਰੁਕਦਾ, ਸਾਰਾ ਕੁਛ ਸਾਫ਼ ਹੋ ਜਾ, ਪਤਾ ਲੱਗਾ ਸਾਰਾ ਕੁਝ ਸਾਫ਼ ਹੋ ਜਾਂਦਾ ਹੈ, ਕੋਈ ਦੂਸਰਾ ਨਹੀਂ ਦਿਸਦਾ, ਇੱਕੋ ਹੀ ਰਹਿ ਜਾਂਦਾ, ਆਪ ਹੀ ਰਹਿ ਜਾਂਦਾ ਹੈ। ਹਵਾ ਅੰਦਰ ਵੀ ਆ, ਇੱਕ ਹਵਾ ਹੀ ਆ ਜਿਹੜੀ ਅੰਦਰ ਵੀ ਆ ਅਤੇ ਬਾਹਰ ਵੀ ਆ, ਅੰਤਰ ਬਸੇ ਉਹਦੇ 'ਤੇ ਪੂਰਾ ਦਾ ਪੂਰਾ ਪ੍ਰਕਰਨ ਬਣਦਾ ਹੈ। ਜਿਹੜੀ ਚੀਜ਼ ਅੰਦਰ ਵੀ ਆ ਅਤੇ ਬਾਹਰ ਵੀ ਆ ਉਹਨੂੰ ਕੀ ਕਹਿੰਦੇ? ਹਵਾ ਵਿਆਪਕ ਹੈ, ਪਵਨ ਗੁਰੂ, ਪਾਣੀ ਪਿਤਾ, ਮਾਤਾ, ਇਹ ਸਾਰੀ ਧਰਤੀ। ਜਿਸ ਤਰ੍ਹਾਂ ਇੱਕ ਛੋਟਾ ਜਿਹਾ ਬੇਬੀ ਪੈਦਾ ਹੁੰਦਾ, ਆਖੋ ਵਾਹਿਗੁਰੂ, ਉਹਦਾ ਮਲ ਮੂਤਰ ਸਾਰਾ ਮਾਤਾ 'ਤੇ ਹੁੰਦਾ ਨਾ, ਜਦੋਂ ਵੱਡਾ ਹੋ ਗਿਆ ਹੁਣ ਤੁਸੀਂ ਤਾਂ ਸਾਰਾ ਮਲ ਮੂਤਰ ਹੁਣ ਵੀ ਧਰਤੀ 'ਤੇ ਹੀ ਆ, ਮਾਂ ਦੇ ਕੋਲ ਹੀ ਜਾ ਰਿਹਾ, ਅਤੇ ਮਾਂ ਕਿੱਡੀ ਮਹਾਨ ਆ, ਸਾਰਾ ਮਲ ਮੂਤਰ ਸਾਫ਼ ਕਰਕੇ ਅਤੇ ਫਿਰ ਸਾਫ਼ ਕਰ ਦਿੰਦੀ। ਇਸੇ ਧਰਤੀ ਨੂੰ ਮਾਂ ਆਖਿਆ ਹੈ, ਪਵਨ ਗੁਰੂ ਅਤੇ ਮਾਤਾ। ਅੱਗੇ ਦੋਵਾਂ ਦਾ ਆਇਆ ਦਿਵਸ ਰਾਤ, ਦਿਵਸ ਦਿਨ, ਇਹ ਕੀ ਨੇ? ਦਾਈ ਅਤੇ ਦਾਇਆ, ਤੁਹਾਡੇ ਇੱਥੇ ਦਾਈ ਕਹਿੰਦੇ ਸ਼ਬਦ ਹੈਗਾ, ਜਿਹੜੀਆਂ ਬੱਚਿਆਂ ਨੂੰ, ਬੇਬੀਆਂ ਨੂੰ ਜਨਮ ਦਿੰਦੀਆਂ ਉਹਨਾਂ ਨੂੰ ਦਾਈ ਕਹਿੰਦੇ। ਕਹਿੰਦੇ ਦਾਈ ਨਿੱਕੇ ਜਿਹੇ ਬੱਚੇ ਨੂੰ ਜਿਸ ਤਰ੍ਹਾਂ ਖਿਡਾਉਂਦੀ, ਇਸ ਤਰ੍ਹਾਂ ਹੀ ਇਹ ਰਾਤ ਅਤੇ ਦਿਨ, ਇੱਕ ਦਾ ਨਾਂ ਦਾਇਆ ਰੱਖਿਆ ਹੈ ਕਿਉਂਕਿ ਪੁਰਖ ਵਾਚਕ ਆ, ਜਿਹੜੀ ਰਾਤ ਆ ਇਹ ਇਸਤਰੀ ਵਾਚਕ ਆ, ਇਹਨੂੰ ਦਾਈ ਆਖਿਆ ਹੈ। ਸਾਹਿਬ ਜੀ ਕਹਿੰਦੇ ਇਹ ਦੋਵੇਂ ਦਿਵਸ ਰਾਤ ਦੋ, ਦਾਈ ਦਾਇਆ, ਇਹ ਜਿਹੜੇ ਦੋਵੇਂ ਨੇ ਇਹਨਾਂ ਦੀ ਗੋਦ ਵਿੱਚ ਖੇਲੇ। ਉੱਚੀ ਬੋਲੋ, ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਆਇਆ। ਗੁਰੂ ਨਾਨਕ ਸਾਹਿਬ ਆਇਆ, ਉਹਦੇ ਵੀ ਜਿਗਰ ਆਇਆ ਦਾਈਆਂ ਦਾ, ਦੌਲਤਾਂ ਦਾ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਲਿਖਿਆ, ਪਾਂਤ ਪਾਂਤ ਦਾਈਆਂ ਦੁਲਰਾਏ, ਇਸ ਤਰ੍ਹਾਂ ਲਿਖਿਆ, ਤਰ੍ਹਾਂ ਤਰ੍ਹਾਂ ਦੀਆਂ ਦਾਈਆਂ ਨੇ ਮੈਨੂੰ ਖਿਡਾਇਆ ਪਟਨਾ ਸਾਹਿਬ ਦੀ ਧਰਤੀ 'ਤੇ। ਆਖੋ ਵਾਹਿਗੁਰੂ, ਪਕੜ ਰਹੇ ਹੋ? ਦਾਈ ਦਾ ਜ਼ਿਕਰ ਪਹਿਲੇ ਪਾਤਸ਼ਾਹ ਵੇਲੇ ਵੀ ਆਇਆ ਅਤੇ ਦਸਮ ਪਾਤਸ਼ਾਹ ਬਾਰੇ ਲਿਖਤ ਵਿੱਚ ਵੀ ਆਇਆ ਵੀ ਇਸ ਤਰ੍ਹਾਂ ਦੌਲਤਾਂ ਦਾਈ ਵੀ ਹੈਗੀ। ਅਤੇ ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਕਿਹਾ ਵੀ ਬੇਅੰਤ ਤਰ੍ਹਾਂ ਦੀਆਂ ਦਾਈਆਂ ਜਿਨ੍ਹਾਂ ਨੇ ਭਾਂਤ ਭਾਂਤ ਕੀ ਦੀਨੀ ਸ਼ਿਕਸ਼ਾ, ਸਾਰਾ ਕੁਝ ਇਹਦੀ ਗੋਦ ਵਿੱਚ ਖੇਡਦਾ। ਕਿਹਦੇ ਕਿਹਦੇ 'ਚ? ਦਿਵਸ ਰਾਤ, ਪਤਾ ਲੱਗ ਗਿਆ ਦਿਨ ਅਤੇ ਰਾਤ ਦਾਈ। ਅਤੇ ਜੇ ਸੱਚੀ ਮੁੱਚੀ ਤੁਸੀਂ ਦੱਸੋ, ਪਿਓ ਹੁੰਦਾ ਮਾਂ ਨਾ ਹੁੰਦੀ ਦੁਨੀਆ ਚੱਲਦੀ?
ਲੋਕ ਰਾਤ ਨੂੰ ਵੀ ਨਾ ਸੌਂਦੇ, ਸਾਰਾ ਸਾਰਾ ਦਿਨ, ਹੁਣ ਸਾਰਾ ਦਿਨ ਤਾਂ ਰਾਤ ਪੈਣੀ ਨਹੀਂ, ਕੰਮ ਹੀ ਕਰੀ ਜਾਂਦੇ, ਕੰਮ ਹੀ, ਸਿਸਟਮ ਹੀ ਨਹੀਂ ਸੀ ਚੱਲ ਸਕਦਾ। ਰਾਤ ਆਉਣੀ ਵੀ ਜ਼ਰੂਰੀ ਸੀ, ਜਿੱਥੇ ਪਿਓ ਜ਼ਰੂਰੀ ਹੈ ਉੱਥੇ ਮਾਂ ਵੀ ਜ਼ਰੂਰੀ ਹੈ। ਰਾਤ ਨੂੰ ਹਰ ਬੰਦਾ ਮਾਂ ਦੀ ਗੋਦ ਵਿੱਚ ਸੌਂ ਜਾਂਦਾ ਹੈ, ਇਤਨਾ ਹੀ। ਸੁੱਤਾ ਮੰਜੇ 'ਤੇ ਆ, ਮਗਰ ਕਦੋਂ ਸੁੱਤਾ? ਜਦੋਂ ਰਾਤ ਪਈ, ਰਾਤ ਉਹਦੀ ਗੋਦ ਵਿੱਚ ਸੌਂ ਗਏ। ਦਿਨੇ ਪਿਓ ਵੀ ਕੰਮ ਕਰਦਾ ਹੈ, ਆਖੋ ਵਾਹਿਗੁਰੂ, ਅਤੇ ਬੰਦਾ ਵੀ ਹੁਣ ਕੰਮ ਕਰਨ ਗਿਆ, ਪਿਓ ਦੀ ਗੋਦ 'ਚ ਖੇਡ ਰਿਹਾ। ਦਿਨੇ ਕੰਮ ਕਰ ਰਿਹਾ ਅਤੇ ਕਿੱਥੇ ਖੇਡ ਰਿਹਾ? ਪਿਓ ਦੀ ਗੋਦ ਵਿੱਚ ਖੇਲ ਹੈ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਸਾਰਾ ਜਗਤ ਮਾਂ ਅਤੇ ਪਿਓ ਦੀ ਗੋਦ ਵਿੱਚ ਖੇਡ ਰਿਹਾ, ਦਿਵਸ ਰਾਤ ਦੋਏ ਦਾਈ ਦਾਇ। ਫਿਰ ਇਸ ਸਾਰੇ ਖੇਲ ਦੇ ਵਿੱਚ ਬੰਦਾ ਚੰਗੇ ਇਤਨਾ ਬਹੁਤ ਭਲਾ, ਇਤਨਾ ਬਹੁਤ ਜ਼ਿਆਦਾ ਚਲੇ ਗਈ, ਆਖੋ ਵਾਹਿਗੁਰੂ, ਫਿਰ ਬੋਲੋ। ਜਦੋਂ ਦਿਨ ਅਤੇ ਰਾਤ ਬੰਦਾ ਜਾਗਦਾ, ਕੰਮ ਕਰਦਾ ਹੈ, ਕਿਤੇ ਮਿਹਨਤ 'ਤੇ ਜਾਂਦਾ, ਫੈਕਟਰੀ ਚਲਾਉਂਦਾ, ਨੌਕਰੀ ਕਰਦਾ ਹੈ, ਉੱਥੇ ਇਹਦੇ ਕੋਲ ਦੋ ਤਰ੍ਹਾਂ ਦੇ ਕਰਮ ਹੁੰਦੇ, ਚੰਗਿਆਈਆਂ ਅਤੇ ਕਹਿੰਦਾ ਵੀ ਨਹੀਂ ਮੈਨੂੰ ਤਾਂ ਕਿਸੇ ਨੇ ਵੇਖਿਆ ਹੀ ਨਹੀਂ। ਮਹਾਰਾਜ ਪਾਤਸ਼ਾਹ ਕਹਿੰਦੇ ਨਹੀਂ, ਇੱਥੇ ਤਾਂ ਨਹੀਂ ਕਿਸੇ ਨੇ ਵੇਖਿਆ, ਇਹ ਚੀਜ਼ਾਂ ਤੇਰੀਆਂ ਫਾਈਲਾਂ ਵਾਚੀਆਂ ਜਾਣੀਆਂ, ਵੇਖੀਆਂ ਜੋ ਵਾਚਮੈਨ ਹੁੰਦਾ, ਵਾਜੇ ਨਹੀਂ ਜੇ ਵਾਚਿਆ ਆ, ਕਈ ਵਾਜੇ ਹੀ ਪੜੀ ਜਾਂਦੇ, ਆਖੋ ਵਾਹਿਗੁਰੂ, ਵਾਚਿਆ, ਵਾਚਣਾ, ਗਊ ਨਾਲ ਚੈੱਕ ਕਰਨਾ, ਜਿਹੜੀਆਂ ਤੇਰੀਆਂ ਚੰਗੀਆਂ ਅਤੇ ਮਾੜੀਆਂ ਗੱਲਾਂ ਨੇ, ਇਹਨਾਂ ਨੂੰ ਨਿਰੰਕਾਰ ਦੇ ਦਰ 'ਤੇ ਵਾਚਿਆ ਜਾਣਾ ਹੈ, ਚੰਗਿਆਈਆਂ ਬੁਰਿਆਈਆਂ ਵਾਚੇ। ਧਰਮਰਾਜ ਦੀ ਡਿਊਟੀ ਲਿਆਈ, ਧਰਮਰਾਜ ਨੂੰ ਹੁਕਮ ਹੈ, ਬੋਲੋ ਭਲਾ, ਉੱਚੀ ਨਹੀਂ ਬੋਲਦੇ, ਬਹਿ ਸੱਚਾ ਧਰਮ ਵਿਚਾਰ, ਬਹਿ ਵਿਚਾਰ ਅਧਰਮ ਦੀ ਨਾ ਕਰੀ। ਤੇਰੇ 'ਤੇ ਵੀ ਕੋਈ ਬੈਠਾ ਹੈ, ਤੈਨੂੰ ਚੈੱਕ ਕਰਨ ਵਾਲਾ ਵੀ ਕੋਈ ਬੈਠਾ ਹੈ, ਕਿਹਨੂੰ ਕਿਹਾ? ਤੇਰੇ ਉੱਤੇ ਵੀ ਕੋਈ ਹੈ, ਤੂੰ ਵੀ ਲੋਕ ਕਰੇ, ਕੰਮ ਵਿੱਚ ਗੜਬੜ ਨਾ ਕਰੀ, ਆਖੋ ਵਾਹਿਗੁਰੂ, ਤੂੰ ਚੰਗੀ ਤਰ੍ਹਾਂ ਬਹਿ ਸੱਚਾ ਧਰਮ ਵਿਚਾਰ, ਮਗਰ ਵਿਚਾਰ ਉਹਨਾਂ ਦੀ ਕਰੀ ਦੂਜੇ ਭਾਏ ਦੁਸ਼ਟ ਆਤਮਾ, ਜਿਹੜੀਆਂ ਦੁਸ਼ਟ ਆਤਮਾ ਨੇ ਨਾ, ਉਹ ਮਹਿਕਮਾ ਤੇਰਾ ਹੈ, ਤੂੰ ਭਾਈ ਮਨੀ ਸਿੰਘ ਦੀ ਫਾਈਲ ਚੈੱਕ ਨਹੀਂ ਕਰ ਸਕਦਾ, ਧਰਮਰਾਜ ਨੂੰ ਕਿਹਾ, ਆਖੋ ਵਾਹਿਗੁਰੂ, ਕਿਹਦੀ? ਉੱਚੀ ਬੋਲੋ, ਤੂੰ ਭਾਈ ਤਾਰੂ ਸਿੰਘ ਦੀ ਫਾਈਲ ਚੈੱਕ ਨਹੀਂ ਕਰ ਸਕਦਾ, ਦੁਸ਼ਟ ਆਤਮਾਵਾਂ ਦੀਆਂ ਫਾਈਲਾਂ ਤੂੰ ਚੈੱਕ ਕਰਨੀਆਂ, ਜਿਹੜੇ ਨਾਮ ਜਪ ਕੇ ਨਾਮ ਧਿਆਏ ਨ ਸਾਜਨ ਜਨਮ ਪਦਾਰਥ ਜੀਤ, ਜਿਹੜੇ ਨਾਮ ਜਪ ਕੇ ਸੱਜਣ ਜਨਮ ਦੇ ਪਦਾਰਥ ਨੂੰ ਜਿੱਤ ਕੇ ਜਾਂਦੇ, ਨਾਨਕ ਧਰਮ ਐਸੇ ਚਵੇਂ ਕੀਤੋ ਨ ਭਵਨ ਪਨੀਤ, ਜਿਹੜੇ ਨਾਮ ਜਪ ਕੇ ਰੂਹਾਂ ਜਾਂਦੀਆਂ ਨੇ ਨਾ, ਧਰਮਰਾਜ ਖੜ੍ਹਾ ਹੋ ਜਾਂਦਾ, ਗਰੀਬ ਨਿਵਾਜ, ਮੈਨੂੰ ਪਤਾ ਹੈ ਤੁਸੀਂ ਮੇਰੀ ਵੋਟ ਨਹੀਂ, ਤੁਸੀਂ ਮੇਰੀਆਂ ਫਾਈਲਾਂ ਨਹੀਂ, ਤੁਸੀਂ ਸਿੱਧੀਆਂ ਫਾਈਲਾਂ ਨਿਰੰਕਾਰ ਦੇ ਘਰ ਜਾਣੀਆਂ ਤੁਹਾਡੀਆਂ, ਤੁਸੀਂ ਮੇਰੇ ਕੋਲ ਨਹੀਂ, ਮਗਰ ਇਸ ਤਰ੍ਹਾਂ ਕਰੋ, ਦੋ ਕੁ ਮਿੰਟ ਲਈ ਮੇਰੇ ਘਰ ਚਰਨ ਪਾ ਜਾਓ। ਕੌਣ ਕਹਿੰਦਾ? ਨਾਨਕ ਧਰਮ ਐਸੇ ਚਵੇਂ, ਚਵੇਂ ਮਣੇ ਕਹਿੰਦਾ, ਚਵੇਂ ਮਣੇ ਕੀ? ਵੀ ਤੁਸੀਂ ਦੋ ਕੁ ਮਿੰਟ ਲਈ ਮੇਰੇ ਘਰ, ਅਤੇ ਮੇਰਾ ਘਰ ਕੀਰਤਨ ਭਵਨ ਪਨੀਤ, ਤੁਹਾਡੇ ਚਰਨ ਨਾਲ ਮੇਰਾ
ਘਰ ਪਵਿੱਤਰ ਹੋ ਜੂਗਾ, ਤੁਸੀਂ ਇੱਥੇ ਹੁੰਦੇ ਜਾਓ, ਫੈਲ ਤੁਹਾਡੀ ਮੈਂ ਨਹੀਂ ਚੱਕ ਕਰ ਸਕਦਾ, ਤੁਹਾਡਾ ਸਿੱਧਾ ਹੀ ਨਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਹੈ। ਆਹ ਜਿੰਨੇ ਤੁਸੀਂ ਅੰਮ੍ਰਿਤਧਾਰੀ ਹੋ ਨਾ, ਤੁਸੀਂ ਧਰਮ ਰਾਜ ਦੀ ਪਰਵਾਹ ਨਾ ਕਰਿਆ ਕਰੋ, ਧਰਮ ਰਾਜ ਤੁਹਾਨੂੰ ਚੈੱਕ ਨਹੀਂ ਕਰ ਸਕਦਾ। ਆਖੋ ਵਾਹਿਗੁਰੂ, ਚਿੱਤਰ ਗੁਪਤ ਸਭ ਲਿਖਤੇ ਲੇਖਾ, ਬੋਲੋ ਬਲਾ, ਸਾਰਿਆਂ ਦਾ, ਸਭ ਦਾ ਮਤਲਬ ਸਾਰਿਆਂ ਦਾ ਲੇਖਾ ਲਿਖਦੇ ਨੇ, ਮਗਰ ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ। ਜਿਹੜੇ ਭਗਤ ਜਨ ਹੁੰਦੇ ਆ ਨਾ, ਉਹਨਾਂ ਨੂੰ ਅੱਖ ਨਾਲ ਵੇਂਦਾ ਵੀ ਨਹੀਂ, ਕਬੀਰ ਦੇ ਪੁੱਛਿਆ ਹੋਊਗਾ, ਬੋਲੋ, ਕੌਣ ਨਰਕ ਕੌਣ ਸਵਰਗ ਵਿਚਾਰਾ ਸੰਤਨ ਦੋ ਰਾਧੇ। ਕੋਈ ਨਰਕ ਨਹੀਂ, ਕੋਈ ਸਵਰਗ ਨਹੀਂ, ਸਾਰੇ ਰੱਦ ਤੇ ਨੇ। ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ, ਅਬ ਤੋ ਜਾਏ ਚੜੇ ਸਿੰਘਾਸਣ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੀ। ਇੱਕ ਹੋ ਗਏ, ਮੇਰਾ ਲੇਖਾ ਕੌਣ ਪੁੱਛ ਸਕਦਾ। ਸਿੱਖਾ ਮੈਂ ਤੈਨੂੰ ਬੇਨਤੀ ਕਰਾਂ, ਹੋਰ ਜਾਗ, ਹੋਰ ਜਾਗ, ਹੋਰ ਜਾਗ, ਮੇਰੇ ਵਰਗੇ ਕਰੋੜਾਂ ਹੋਣਗੇ ਤੈਨੂੰ ਜਗਾਉਣ ਵਾਲੇ, ਮਗਰ ਜਾਗਣਾ ਤੂੰ ਉਦਣ ਆ ਜਿੱਦਣ ਤੂੰ ਜਾਗਣਾ ਚਾਹੇਗਾ। ਨਹੀਂ ਪਤਾ ਲੱਗਾ, ਮੇਰੇ ਵਰਗਾ ਕੋ ਆਊਗਾ, ਤੁਸੀਂ ਕਿਹਾ ਹਾਂਜੀ 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 ਠੀਕ ਹੈ ਜੀ ਠੀਕ 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 ਹੈ, ਜਾਗ ਪਾਂਗੇ, ਜਾਗੇਗਾ ਉਦਣ ਜਿੱਦਣ ਤੂੰ ਜਾਗਣਾ ਚਾਹੇਗਾ। ਫਿਰ ਨਿੱਕੀ ਜੀ ਫੋਨ ਦੀ ਘੰਟੀ ਵੀ ਤੈਨੂੰ ਜਗਾ ਸਕਦੀ, ਕਿੰਨੀ ਗਹਿਰੀ ਨੀਂਦ ਵਿੱਚ ਵੀ ਨਿੱਕੀ ਜਿਹੀ ਦਰਵਾਜ਼ਾ ਕੋਈ ਖੜਕਾ ਦੇ ਅਤੇ ਜਾਗ ਆ ਜਾਂਦੀ। ਜੇ ਨਹੀਂ ਜਾਗਣਾ ਤਾਂ ਢੋਲ ਵੱਜਦੇ ਰਹਿਣ, ਗੁਰੂ ਕਿਹਾ ਸਿੱਖਾ ਜਿਹਨੇ ਨਹੀਂ ਜਾਗਣਾ ਉਹਨੇ ਨਹੀਂ ਜਾਗਣਾ, ਜਿਸੇ ਜਗਾਏ ਪਿਆਏ ਇਹ ਰਸ, ਜਾਂ ਤਾਂ ਗੁਰੂ ਨੂੰ ਬੇਨਤੀ ਕਰ ਗਰੀਬ ਨਿਵਾਜ਼, ਇੱਕ ਜਗੰਦੇ ਨਾ ਲੈਣ ਇੱਕ ਨਾ ਸੁੱਤਿਆਂ ਦੇ। ਇਤਨਾ ਲਿਖਿਆ ਹੈ ਜੀ ਸੁੱਤਿਆਂ ਦੇ, ਅਤੇ ਸੁੱਤਿਆਂ ਨੂੰ ਫਿਰ ਅਡਾਉਂਦਾ ਹੈ ਨਾ। ਗੁਰੂ ਕਿਰਪਾ ਕਰੇ ਧਿਆਨ ਦਿਓ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਉਸ ਦਰਵਾਜ਼ੇ ਤੋਂ ਕਰਮੀ ਆਪੋ ਆਪਣੀ ਕੇ ਨੇੜੇ। ਇਹ ਹੁਣ ਕਰਮ 'ਤੇ ਡਿਪੈਂਡ ਆ, ਕਰਮ ਆਪਣੇ ਅਮਲ ਜਿਹੜੇ ਤੇਰੇ ਕੀਤੇ, ਤੁਸੀਂ ਚੈੱਕ ਕਰ ਲਿਆ ਕਰੋ ਰੋਜ਼ ਹੀ। ਹੱਥ ਜੁੜ ਕੇ ਬੇਨਤੀ ਸੁਣੋ, ਇਹ ਬਰੀਕੀ ਨਾ ਫੜੋ, ਤੁਸੀਂ ਆਪਣੇ ਇੱਕ ਕਰਮ ਹੁੰਦੀ ਜਿਹਦੇ ਨਾਲ ਪੈਲੀ ਮਿਣੀ ਦੀ, ਇੱਥੇ ਵੀ ਆਉਂਦੇ ਕਰਮਾਂ ਹੀ ਕਹਿੰਦੇ ਹੋ ਕਿ ਸਰਸਾਈਆਂ ਵਗੈਰਾ ਕਰਮ ਕਹਿੰਦੇ, ਇੰਨੇ ਕਰਮ ਪੈਲੀ ਇੰਨੇ ਕਰਮ ਜ਼ਮੀਨ ਨੂੰ ਮਿਣੀ ਦਾ ਉਹਦੇ ਨਾਲ। ਆਖੋ ਵਾਹਿਗੁਰੂ, ਕਹਿੰਦੇ ਜਿਤਨਾ ਪੈਲੀ ਕਰਮਾਂ ਨਾਲ ਮਿਣੀ ਦੀ ਨਾ ਕਿੰਨੀ ਕਿਹਾ, ਇਤਨਾ ਹੀ ਤੂੰ ਆਪਣੇ ਜਿਹੜੇ ਕਰਮ ਕਰਦਾ ਹੈ। ਜੇ ਰਿਸ਼ਵਤ ਲੈਂਦਾ ਹੈ ਤਾਂ ਬਹੁਤ ਦੂਰ ਹੈ, ਜੇ ਰਿਸ਼ਵਤ ਨਹੀਂ ਲੈਂਦਾ ਤਾਂ ਬਹੁਤ ਲਾਗੇ ਆ। ਆਖੋ ਵਾਹਿਗੁਰੂ, ਕਰਮੀ ਆਪੋ। ਬਹੁਤ ਸਾਰੇ ਲੋਕ ਨੇ ਆ ਸਾਡੇ ਅੱਜ ਵੀ ਸੱਜਣ ਇਸ ਤਰ੍ਹਾਂ ਦੇ ਹੈਗੇ ਆ, ਕੋਈ IAS ਆ, ਕੋਈ IG ਆ, ਕੋਈ DGP ਆ, ਕੋਈ ਇਸ ਤਰ੍ਹਾਂ ਦੇ ਗੁਰਮੁਖ ਪਿਆਰੀਆਂ ਰੂਹਾਂ ਨੇ, ਬੜੇ ਬੜੇ ਵੱਡੇ ਮਹਿਕਮਿਆਂ 'ਚ ਬੈਠੀਆਂ, ਜਿਹੜੀਆਂ ਮੈਨੂੰ ਫਖਰ ਨਾਲ ਦੱਸਦੀਆਂ, ਖਾਲਸਾ ਜੀ ਜੋ ਤੁਸੀਂ ਕਥਾ 'ਚ ਕਹਿੰਦੇ ਹੋ, ਮੈਂ ਸਾਰਾ ਜੀਵਨ ਨੌਕਰੀ 'ਚ ਇੱਕ ਪੈਸਾ ਰਿਸ਼ਵਤ ਨਹੀਂ ਲਈ। ਬਹੁਤ ਲਾਗੇ ਚਲੇ ਗਏ ਰੱਬ ਦੇ, ਹੱਕ ਪਰਾਇਆ ਨਾਨਕਾ ਗੁਰਪੀਰ ਜਾਂ, ਅਤੇ ਜਿਹਨੇ ਨਹੀਂ ਮੁਰਦਾਰ ਖਾਧਾ, ਜਿਹਨੇ ਰਿਸ਼ਵਤ ਨਹੀਂ ਲਈ, ਉਹਦੀ ਹਾਮਾ ਮੈਨੇ ਗਵਾਈ।
ਜਦੋਂ ਗਵਾਹੀ ਭਰਨ ਗੁਰੂ ਚਲੇ ਗਿਆ ਤਾਂ ਦੂਰ ਕਿੱਥੋਂ ਰਹਿ ਗਿਆ? ਨਹੀਂ ਪਤਾ ਲੱਗਾ ਗਵਾਹੀ ਕਿਹਦੀ ਭਰਦਾ ਹੈ? ਨਹੀਂ, ਮੈਂ ਪਰਮ ਕਰਨ ਇੱਥੇ ਆ ਜਿਹੜਾ ਰਿਸ਼ਵਤ ਨਹੀਂ ਲੈਂਦਾ। ਜੇ ਤੁਹਾਡੇ 'ਚੋਂ ਕੋਈ ਬੇਈਮਾਨੀ ਕਰਦਾ ਕਾਰੋਬਾਰ ਵਿੱਚ, ਆਖੋ ਵਾਹਿਗੁਰੂ, ਜਾਂ ਰਿਸ਼ਵਤ ਲੈਂਦਾ ਕੋਈ ਸਰਵਿਸ ਕਰਦਾ, ਉੱਥੇ ਰਿਸ਼ਵਤ ਦਾ ਪੈਸਾ ਉਹਦੇ ਮੂੰਹ ਨੂੰ ਲੱਗ ਗਿਆ, ਅਤੇ ਇਹ ਨਾ ਕਹੀਂ ਗੁਰੂ ਗੋਬਿੰਦ ਸਿੰਘ ਤੇਰੇ ਪਿੱਛੇ ਆਵੇ ਮੈਂ ਬਾਣਾ ਪਾਇਆ। ਨਹੀਂ 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 ਨਹੀਂ, ਗੁਰੂ ਬਾਣੇ ਨਾਲ ਪਿਆਰ ਨਹੀਂ, ਬਾਣਾ ਤਾਂ ਬਾਹਰ ਲਾਇਆ, ਅੰਦਰਲੇ ਕਰਮਾਂ ਨੂੰ ਵੀ ਗੁਰੂ ਚੈੱਕ ਕਰਦਾ ਹੈ ਵੀ ਬੰਦੇ ਦਾ ਕਰਦਾਰ ਕੀ ਆ। ਉਹਨੇ ਤਾਂ ਕਹਿ ਦਿੱਤਾ ਰਹਿ ਨਹੀਂ ਰਹੇ, ਇਤਨਾ ਹੀ ਕਿਹਾ ਸੀ, ਰਹਿਤ ਬਿਨਾ ਨਾ। ਅਤੇ ਜਿੰਨੇ ਮਰਜ਼ੀ ਬਣੀ, ਫਿਰ ਉਹ 2 ਕਰੋੜ ਬਣ ਜਾਓ, 2.5 ਕਰੋੜ ਬਣ ਜਾਓ, ਸਾਰੀ ਦੁਨੀਆ ਬਣ ਜਾਏ, ਉਹ ਤਾਂ ਕਹੂਗਾ ਵੀ ਮੇਰੇ ਅੰਦਰ ਉਹ ਹੀ ਆਇਓ ਜਿਹੜੇ ਰਹਿਤ ਮਰਿਆਦਾ 'ਚ ਪੱਕੇ ਹੋ। ਕਰਮੀ ਆਪੋ ਆਪਣੀ ਕਿ ਨੇੜੇ, ਸਮਝ ਲੱਗ ਜੀ ਕਿ ਨਹੀਂ ਲੱਗ ਗਈ ਵੀ ਕਰਮ ਨੇ ਤੈਨੂੰ ਲਾਗੇ ਖਾਣਾ ਹੈ, ਤੇਰੇ ਕਰਮ ਕਿਤਰਾਂ ਦੇ ਆ, ਤੇਰਾ ਅਮਲ ਕਿਤਰਾਂ ਦਾ ਹੈ, ਤੇਰਾ ਬੋਲ ਕਿਤਰਾਂ ਦਾ ਹੈ। ਆਹ ਕੱਲ੍ਹ ਦੀ ਗੱਲ ਆ, ਦਿੱਲੀ ਦੇ ਵਿੱਚ ਇੱਕ ਬੱਚੀ ਨੂੰ ਸਜਾਈ ਸੀ ਕਿਸ ਕੀ, ਮੈਂ ਅੱਗੇ ਵੀ ਦੱਸਾਂ ਸ਼ਾਇਦ। ਉਹ ਕਹਿੰਦੀ ਜਦੋਂ ਮੈਂ ਪਹਿਲੇ ਦਿਨ ਸ਼ੀਸ਼ੇ ਅੱਗੇ ਖਲੋਤੀ ਹਾਂ ਨਾ ਧਮਾਲਾ ਬੰਨ ਕੇ, ਅਤੇ ਮੇਰੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੱਲਾਂ ਕੀਤੀਆਂ, ਆਖੋ ਵਾਹਿਗੁਰੂ, ਅਤੇ ਪਿੱਛੋਂ ਗੁਰੂ ਗੋਬਿੰਦ ਸਿੰਘ ਸਾਹਿਬ ਸ਼ੀਸ਼ੇ 'ਚ ਖਲੋਤੀ ਨੂੰ ਕਹਿਣ ਡਿਆ, ਧੀਏ ਅੱਜ ਤੋਂ ਤੂੰ ਉਹ ਧੀ ਨਹੀਂ ਰਹਿ ਗਈ ਜਿਹੜੀ ਪਹਿਲੋਂ ਸੀ, ਚੁਗਲੀ ਵੀ ਕਰ ਲੈਂਦੀ ਸੈਂ, ਨਿੰਦਾ ਵੀ ਕਰ ਲੈਂਦੀ ਸੈਂ, ਲਿਪਸਟਿਕਾਂ ਵੀ ਲਾ ਲਈ ਸੀ, 9 ਪਾਤਸ਼ਾਹ ਵੀ ਲਾ ਲੈਂਦੀ, ਅੱਜ ਤੋਂ ਧੀਏ ਤੇਰੇ ਇੱਕ ਇੱਕ ਬੋਲ ਨੂੰ ਲੋਕਾਂ ਨੇ ਮੇਰੇ ਨਾਲ ਜੋੜਨਾ ਹੈ। ਨਹੀਂ ਪਤਾ ਲੱਗਾ, ਤੇਰੇ ਇੱਕ ਇੱਕ ਬੋਲ ਨੂੰ ਲੋਕਾਂ ਨੇ ਮੇਰੇ ਨਾਲ ਜੋੜਨਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜੇ ਤੂੰ ਕਿਤੇ ਬਿਊਟੀ ਪਾਰਲਰ ਦੇ ਲਾਗੋਂ ਦੀ ਵੀ ਲੰਘ ਗਈ ਹੋ, ਗੋਲ ਗੱਪਿਆਂ ਦੀ ਦੁਕਾਨ 'ਤੇ ਰੇਹੜੀ 'ਤੇ ਖਲੋ ਕੇ ਤੂੰ ਮੂੰਹ ਲਬੇੜਿਆ ਹੋਇਆ ਗੋਲ ਗੱਪਿਆਂ ਨਾਲ, ਅਤੇ ਲੋਕਾਂ ਨੇ ਕਹਿਣਾ ਉਹ ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਧੀ ਰੇਹੜੀ 'ਤੇ ਖਲੋ ਕੇ ਗੰਦੇ ਮੰਦੇ ਹੱਥਾਂ ਦਾ ਖਾਣਾ ਖਾ ਰਹੀ, ਕਹਿਣਾ ਕਿ ਨਹੀਂ? ਬੋਲੋ ਨਾ ਗੁਰੂ। ਜੇ ਰੱਬ ਨਾ ਕਰੇ ਕਿਤੇ ਤੂੰ ਮਾੜਾ ਕਰਮ ਕਿਤੇ ਵੀ ਕੀਤਾ, ਸੱਸ ਨੂੰ ਫਿੱਕਾ ਬੋਲਤਾ ਅਤੇ ਤਾਂ ਵੀ ਮੈਨੂੰ ਉਲਾਮਾ ਹੈ, ਨਣਾਨ ਨੂੰ ਫਿੱਕਾ ਬੋਲਤਾ ਤਾਂ ਵੀ ਬੋਲੋ ਮੈਨੂੰ ਉਲਾਮਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਇਹ ਉਲਾਮਾ ਮੇਰੇ ਤੱਕ ਆਉਣਾ ਹੈ। ਜੇ ਕੋਈ ਕਿਸੇ ਦਾ ਬੱਚਾ ਗਲਤੀ ਕਰੇ ਤਾਂ ਉਹਦੀ ਬਾਂਹ ਫੜ ਕੇ ਕਿੱਥੇ ਲਿਆਉਂਦੇ ਨੇ? ਮਾਂ ਪਿਓ ਕੋਲ ਲਿਆਉਂਦੇ ਨਾ ਵੀ ਆਹ ਤੁਹਾਡੇ ਬੱਚੇ ਨੇ, ਗਲਤੀ ਕੀਤੀ ਜੀ। ਇਤਨਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ ਉਸ ਬੱਚੀ ਨੂੰ ਕਿਹਾ, ਅਤੇ ਰੋ ਰੋ ਕੇ ਅੱਖਾਂ 'ਚੋਂ ਜਲ ਵਗੀ ਜਾਂਦਾ ਸੀ, ਕਹਿੰਦੀ ਹੁਣ ਮੈਂ ਕੇਸਕੀ ਬੱਧੀ ਆ, ਹੁਣ ਮੈਂ ਕਦੀ ਕਿਸੇ ਨੂੰ ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁੱਝੀਏ, ਨਹੀਂ ਕਿਸੇ ਨੂੰ ਕਹਿਣਾ ਕੁਛ। ਜੇ ਕੋਈ ਮੇਰੇ ਨਾਲ ਬੁਰਿਆਈ ਵੀ ਕਰੂਗਾ ਮੈਂ ਉਹਦੇ ਨਾਲ ਵੀ ਚੰਗੇ ਪੱਖੋਂ ਪੇਸ਼ ਆਊਂਗੀ, ਕਿਉਂਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਧੀ ਹਾਂ। ਚੰਗੇ ਕਰਮ ਕਰੋ, ਕਰਮੀ ਆਪੋ ਆਪਣੀ ਕਿ ਨੇੜੇ। ਅਤੇ ਆਖਿਆ ਜੀ ਫਿਰ ਲਾਗੇ ਕੌਣ ਚਲੇ ਗਏ? ਕਹਿੰਦੇ ਜਿੰਨੀ ਉੱਚੀ ਬੋਲੋ ਗਏ ਆਪਣੀ ਮਸ਼ਕਤ ਨੂੰ ਦਾ ਕਮਾਈ, ਆਪਣੀ ਕਮਾਈ ਘਾਲ ਪੂਰੀ ਕਰਕੇ ਚਲੇ ਗਏ, ਪਹੁੰਚ ਗਏ ਦੁਆਣੇ 'ਤੇ, ਦੁਆਰੇ 'ਤੇ, ਆਪ ਹੀ ਇਕੱਲੇ ਗਏ? ਆ ਭਾਈ ਜਸਵੀਰ ਸਿੰਘ ਨੂੰ ਜਾਣਦੇ ਹੋ? ਖੰਨੇ ਵਾਲਿਆਂ ਨੂੰ ਜਾਣਦੇ ਕਿ ਨਹੀਂ? ਬੋਲੋ, ਸੁਣਿਆ ਹੈ, ਕੀਰਤਨ ਵੀ ਸੁਣਿਆ। ਜਿਸ ਜਿਸ ਸਿੱਖ ਦੇ ਘਰ ਰਹੇ ਨੇ ਉਹ ਸੁਣੋ, ਗੁਰੂ ਕੇ ਸਿੱਖੋ, ਜਿਸ ਜਿਸ ਸਿੱਖ ਦੇ ਘਰ ਉਹਨਾਂ ਇੱਕ ਰਾਤ ਕੱਟੀ ਹੈ, ਉਹਨਾਂ ਨੂੰ ਕਿਸੇ ਨੇ ਕਹਿਣਾ ਭਾਈ ਸਾਹਿਬ ਜੀ ਸਾਡੇ ਘਰ ਰਹੋਗੇ? ਅਤੇ ਉਹਨਾਂ ਕਹਿਣਾ ਜੇ ਸਾਰਾ ਟੱਬਰ ਨਿਤਨੇਮ ਕਰਦੇ ਹੋ, ਸ਼ੁਰੂ ਕਰ ਦਿੰਦੇ ਹੋ, ਤਾਂ ਤੁਹਾਡੇ ਘਰ ਰਹੋ। ਕੇਤੀ ਛੁੱਟੀ ਕਿੰਨਿਆਂ ਨੂੰ ਛਡਾਤਾ, ਕਿੰਨਿਆਂ ਨੂੰ ਛਡਾਤਾ, ਆਖੋ ਵਾਹਿਗੁਰੂ। ਜਿਹਨਾਂ ਜਿਹਨਾਂ ਨੂੰ ਨਿਤਨੇਮ 'ਤੇ ਲਾਤਾ, ਸਮਝ ਲਓ ਉਹਨਾਂ ਨੂੰ ਛਡਾਤਾ।
ਛੁੱਟ ਗਏ। ਇੱਥੇ ਵੇਖੋ ਕਿੰਨੇ ਸੋਹਣੇ ਸ਼ਬਦ ਹੈ, ਨਾ ਕਰ ਬਈ ਕਿਸੇ ਚਲੇ ਗਏ। ਜਿੰਨੀ ਨਾਮ ਗਏ ਨਾਨਕ ਤੇ ਮੁੱਖ ਅੱਗੇ, ਨਾਮ ਜਪਣ ਵਾਲਾ ਆਪਦਾ ਤਰਿਆ। ਸੱਚਮੁੱਚੀ ਮੈਂ ਦੋ ਹੀ ਚੇਤੇ ਚ ਲਿਆਉਣਾ ਨਾ ਗੱਲਾਂ, ਇੱਕ ਤੇ ਕਥਾਵਾਚਕ ਨੂੰ ਮਸਕੀਨ ਜੀ ਨੂੰ ਅੱਖ ਵਾਹਿਗੁਰੂ, ਅਤੇ ਇੱਕ ਕੀਰਤਨੀਆਂ ਦੇ ਵਿੱਚੋਂ ਭਾਈ ਜਸਵੀਰ ਸਿੰਘ ਨੂੰ, ਜਿਨ੍ਹਾਂ ਨੇ ਸੱਚਮੁੱਚੀ ਨਾਮ ਦਾ ਅੰਮ੍ਰਿਤ ਵੰਡਿਆ ਇਸ ਸੰਸਾਰ 'ਚ। ਜਿਹੜੇ ਜਿਹੜੇ ਦੇਸ਼ 'ਚ ਗਏ ਨੇ ਸੱਚਮੁੱਚੀ, ਜਿਨ੍ਹਾਂ ਜਿਨ੍ਹਾਂ ਦੇ ਘਰ ਰਹੇ ਨੇ, ਮੈਂ ਆਪ ਵੇਖ ਕੇ ਆਇਆ, ਹਰੇ ਹੋ ਗਏ, ਬੀਬੀਆਂ ਹਰੀਆਂ ਹੋ ਗਈਆਂ, ਬੰਦੇ ਹਰੇ ਹੋ ਗਏ, ਜਿਨ੍ਹਾਂ ਜਿਨ੍ਹਾਂ ਦੇ ਘਰ ਕਿਤੇ ਦੋ ਦਿਨ ਵੀ ਉਹਨਾਂ ਕੱਟੇ ਨੇ, ਸਾਰਾ ਸਾਰਾ ਟੱਬਰ ਨਿਤਨੇਮ ਕਰਨ ਲੱਗ ਪਏ। ਮੇਰਾ ਗੁਰੂ ਕਿਰਪਾ ਕਰੇ, ਇਹੋ ਇਸ਼ਾਰਾ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ, ਜਿੰਨੀ ਗਏ ਨਾਨਕ ਕੀਤੀ। ਨਾਮ ਜਪਣ ਵਾਲਾ ਆਪਣੀ ਕਮਾਈ ਕਰਕੇ ਕਿੰਨਿਆਂ ਨੂੰ ਛਡਾ ਗਿਆ, ਅਤੇ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਉਹ ਸਲੋਕ ਜਦੋਂ ਉਚਾਰਦੇ, ਕਹਿੰਦੇ ਨਾਨਕ ਤੇ ਮੁੱਖ ਉਜਲੇ ਹੋਰ ਕੀਤੀ ਛੁੱਟੀ ਨਾਲ। ਆਪ ਤਾਂ ਤਰਿਆ ਹੀ, ਪਤਾ ਨਹੀਂ ਹੋਰ ਕਿੰਨਿਆਂ ਨੂੰ ਛਡਾ ਕੇ ਲੈ ਗਿਆ। ਕੌਣ ਬੋਲੋ? ਜਿੰਨਾ ਜਿੰਨੀ, ਅਤੇ ਚਲੋ ਤੁਸੀਂ ਬਹੁਤੇ ਲੋਕਾਂ ਨੂੰ ਨਾ ਛਡਾਓ, ਆਪਣੇ ਟੱਬਰ ਨੂੰ ਹੀ ਛਡਾ ਲਓ। ਮਗਰ ਛਡਾਓਗੇ ਕਿਸ ਤਰ੍ਹਾਂ? ਨਾਮ ਜਪੋਗੇ, ਤੇ ਨਾਮ ਦਾ ਇੱਕ ਨੇਮ ਬਣਾ ਲਓ। ਅੰਮ੍ਰਿਤ ਵੇਲੇ ਰੋਜ਼ ਉੱਠਣਾ, ਕੀ ਆਖਿਆ? ਹੁਣ ਹੌਲੇ ਪੈ ਗਏ ਹੋ, ਉੱਚੀ ਬੋਲੋ ਨਾ। ਠੰਡ ਬੜੀ ਆ, ਮਗਰ ਜਿੰਨੇ ਫੁੱਲ ਖਿੜਦੇ ਨੇ, ਅੱਖ ਵਾਹਿਗੁਰੂ। ਇੱਕ ਬੱਚੀ ਮੈਨੂੰ ਅਮਰੀਕਾ ਮਿਲੀ, ਇੱਕ ਮਿੰਟ ਦਿੰਦੇ ਹੋ ਨਾ, ਕਾਲੀ ਤਾਂ ਨਹੀਂ? ਮੈਂ ਕਿਹਾ ਕਿਤੇ ਸੋਚ ਰਹੇ ਹੋ ਵੀ ਟਾਈਮ ਤਾਂ ਹੋ ਗਿਆ ਭੱਜੀਏ। ਇੱਕ ਬੱਚੀ ਮੈਨੂੰ ਮਿਲੀ, ਮੈਨੂੰ ਕਹਿੰਦੀ ਚਲੋ ਮੈਂ ਤੁਹਾਨੂੰ ਝੀਲ 'ਤੇ ਸੈਰ ਕਰਾ ਕੇ ਲਿਆਵਾਂ। ਗੱਡੀ ਆਪ ਹੀ ਚਲਾਉਣ ਡੀ ਸੀ, ਅਤੇ ਮੈਂ ਰਾਤੀਂ ਇੱਕ ਜ਼ਿਕਰ ਕੀਤਾ ਸੀ, ਸਭ ਤੋਂ ਪਿਆਰੀਆਂ ਅੱਖਾਂ ਕਿਹੜੀਆਂ ਹੁੰਦੀਆਂ? ਨੀਲੀਆਂ। ਮੈਂ ਸ਼ੀਸ਼ੇ 'ਚ ਬੈਠੀ ਦੀਆਂ ਉਹਦੀਆਂ ਅੱਖਾਂ ਵੇਖੀਆਂ, ਨੀਲੀਆਂ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬੇਟਾ ਇੱਥੇ ਫੁੱਲ ਬੜੇ ਖਿੜੇ ਨੇ, ਕੈਲੀਫੋਰਨੀਆ 'ਚ ਬਹੁਤ ਫੁੱਲ ਖਿੜੇ ਹੁੰਦੇ ਆ, ਕੋਈ ਤੁਹਾਡੇ 'ਚੋਂ ਗਿਆ ਹੋਵੇ, ਕੈਲੀਫੋਰਨੀਆ ਕਿਸ ਤਰ੍ਹਾਂ ਦੀ ਸਟੇਟ ਆ, ਜਿਹਦੀਆਂ ਸੜਕਾਂ ਦੀਆਂ ਸੜਕਾਂ ਫੁੱਲਾਂ ਨਾਲ ਲੱਦੀਆਂ। ਕਹਿੰਦੀ ਸਭ ਤੇਰੇ ਲਈ ਖਿੜੇ ਆ। ਹੁਣ ਮੈਂ ਅਹੰਕਾਰੀ ਹੁੰਦਾ ਅਤੇ ਕਹਿੰਦਾ ਖਰੇ ਮੈਨੂੰ ਕਿਹਾ? ਉਹਦੀ ਸੁਰਤ ਇੰਨੀ ਉੱਚੀ ਸੁੱਚੀ ਸੀ, ਉਹ ਕਹਿੰਦੀ ਉਸ ਅਕਾਲ ਪੁਰਖ ਨੂੰ ਤੇਰਾ ਕਹਿ ਕੇ ਵੀ ਇਹ ਸਾਰੇ ਫੁੱਲ ਸੁੰਦਰਤਾ ਜਿੰਨੇ ਖਿੜੇ ਆ ਨਾ, ਸਾਰੇ ਤੈਨੂੰ ਹੀ ਵਿਖਾਉਣ ਨੂੰ ਖਿੜੇ ਨੇ, ਨਹੀਂ ਬਦਲਗਾ, ਸਭ ਤੈਨੂੰ ਹਰ ਫੁੱਲ ਖਿੜਿਆ। ਅਤੇ ਮੈਂ ਉਹਨੂੰ ਪੁੱਛਿਆ, ਪੁੱਤ ਸਾਡੇ ਤਾਂ ਗੁਲਾਬ ਸਰਦੀ ਵਿੱਚ ਖਿੜਦਾ, ਇੱਥੇ ਗਰਮੀਆਂ 'ਚ ਵੀ ਖਿੜਿਆ। ਕਹਿੰਦੀ ਕਈ ਫੁੱਲ ਹੁੰਦੇ ਆ ਜਿਹੜੇ ਬਹਾਰ ਦੇ ਗੁਲਾਮ ਹੁੰਦੇ, ਰੁੱਤਾਂ ਦੇ, ਉੱਚੀ ਬੋਲੋ, ਬੜਾ ਆਨੰਦ ਆਊ, ਰੁੱਤਾਂ ਦੇ। ਜਿਹੜਾ ਗਰਮੀ 'ਚ ਖਿੜਦਾ ਉਹ ਸਰਦੀ 'ਚ ਨਹੀਂ ਖਿੜਦਾ, ਜਿਹੜਾ ਸਰਦੀ 'ਚ ਖਿੜਦਾ ਹੈ ਉਹ ਗਰਮੀ 'ਚ ਨਹੀਂ ਖਿੜਦਾ। ਮੈਂ ਕਿਹਾ ਕਮਾਲ ਦੀ ਗੱਲ ਆ, ਬੱਚੀ ਇਹ ਸੁਣਾ ਰਹੀ ਕਥਾ ਵਾਚਕ, ਅਤੇ ਤੂੰ ਹੈ ਮੈਂ ਥੋੜ੍ਹਾ, ਫਿਰ ਕਿੰਨੇ ਸੋਹਣੇ ਬਚਨ ਕਰ ਰਹੀ। ਕਹਿੰਦੀ ਖਾਲਸਾ ਜੀ, ਇੱਕ ਇਹਨਾਂ ਤੋਂ ਇਲਾਵਾ ਵੀ ਰੁੱਤ ਹੈਗੀ, ਜਦੋਂ ਇੱਕ ਫੁੱਲ ਖਿੜਦਾ, ਪ੍ਰਭ ਕੈ ਸਿਮਰਨ ਨਿਚਲ ਆਸਣ, ਜਿਹੜਾ ਕਮਲ ਦਾ ਫੁੱਲ ਖਿੜਦਾ ਹੈ ਨਾ, ਉਹ ਕਿਸੇ ਪੈਲੀ 'ਚ ਨਹੀਂ ਖਿੜਦਾ, ਉਹ ਮੱਥੇ 'ਤੇ ਖਿੜਦਾ, ਨਹੀਂ ਬਦਲ ਕਿੱਥੇ, ਇੱਥੇ ਖਿੜਦਾ ਹੈ। ਗੁਜੜਾ ਲਦਮ ਲਾਲ
ਮਾਥੇ ਹੀ ਪ੍ਰਗਟ ਥੀ ਆ, ਇੱਥੇ ਪ੍ਰਗਟ ਹੁੰਦਾ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਪੁੱਤ ਉਹ ਜਿਹੜਾ ਤੂੰ ਕਹਿੰਦੀ ਹੈ ਫੁੱਲ, ਉਹ ਕਿਹੜੀ ਰੁੱਤ 'ਚ ਹੁੰਦਾ? ਸਰਦੀ ਗਰਮੀ ਦੇ ਵਿੱਚ ਤਾਂ ਆਪਾਂ ਆ ਗਏ ਬਾਹਰ, ਵੀ ਇੱਕ ਸਰਦੀ 'ਚ ਖਿੜਦੇ ਇੱਕ। ਅਤੇ ਮੈਂ ਕਿਹਾ ਉਹ ਕਿਹੜਾ ਕਿਹੜੀ ਰੁੱਤ ਵਿੱਚ ਖਿੜਦਾ? ਅਤੇ ਬੜੇ ਪਿਆਰ ਨਾਲ ਉਹਨੇ ਮੈਨੂੰ, ਗਰੀਬ ਨਿਵਾਜ ਦੀ ਧੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬੱਚੀ ਨੇ, ਮੈਨੂੰ ਆਖਿਆ ਖਾਲਸਾ ਜੀ ਉਹ ਅੰਮ੍ਰਿਤ ਵੇਲੇ ਖਿੜਦਾ ਆ। ਉਹ ਸੀਜ਼ਨ ਕਿਹੜਾ ਹੈ? ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਮੱਥੇ ਦੇ ਉੱਤੇ ਕਮਲ ਦੇ ਫੁੱਲ ਖਿੜ ਜਾਣ, ਜਿਹਦੇ ਮੱਥੇ ਲੱਗੋ ਉਹ ਵੀ ਨਿਹਾਲ ਹੋ ਜਾਏ, ਅਤੇ ਫਿਰ ਅੰਮ੍ਰਿਤ ਵੇਲਾ ਸੰਭਾਲੋ ਗੁਰੂ ਕੇ ਸਿੱਖੋ। ਅੰਮ੍ਰਿਤ ਵੇਲਾ ਬਹੁਤ ਜ਼ਰੂਰ ਹੈ ਸਿੱਖ ਲਈ। ਕੋਈ ਗੱਲ ਨਹੀਂ, ਜੇ 1 ਵਜੇ ਵਾਲੀ ਨਹੀਂ ਬਣਦਾ ਤਾਂ 3 ਵਜੇ ਉੱਠੋ। ਕਿੰਨੇ ਵਜੇ? 3 ਵਜੇ ਹੀ ਇਸ਼ਨਾਨ ਕਰੋ। ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਘੱਟ ਤੋਂ ਘੱਟ 1 ਘੰਟਾ ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿ। ਜੋੜਨਾ ਸ਼ੁਰੂ ਕਰੋ। ਟੋਫੀ ਮੂੰਹ 'ਚ ਪਾਉਂਦੇ ਹੋ ਅਤੇ ਜਦੋਂ ਪਾਉਂਦੇ ਆ ਨਾ, ਪੈਂਦਿਆਂ ਸਾਲ ਟੋਫੀ ਸਵਾਦ ਨਹੀਂ ਦਿੰਦੀ। ਕੀ ਕਿਹਾ? ਕੀ ਭਲਾ ਕਹਿਣਾ ਕੀ ਚਾਹੁੰਦਾ? ਜਿਉਂ ਜਿਉਂ ਗਿੱਲੀ ਹੁੰਦੀ ਅਤੇ ਤਾਂ ਫਿਰ ਉਹਦਾ ਰਸ, ਸ਼ਬਦ ਨੂੰ ਲਿਆਓ, ਇਹਦਾ ਰਸ ਤੁਹਾਡੇ ਅੰਦਰੋਂ ਸ਼ੁਰੂ ਹੋ ਜੂ। ਜਿਸ ਤਰ੍ਹਾਂ ਇੱਕ ਬੱਚੇ ਦੇ ਮੂੰਹ 'ਚ ਟੋਫੀ ਪੈ ਜਾਵੇ ਤਾਂ ਤੁਸੀਂ ਕੱਢ ਨਹੀਂ ਨਾ ਸਕਦੇ, ਲੜਦਾ ਹੈ ਘੁਲਦਾ ਹੈ। ਇਸ ਤਰ੍ਹਾਂ ਹੀ ਕਿਸੇ 5 ਸਾਲ ਦੇ ਬੱਚੇ ਦੇ ਮੂੰਹ ਦੇ ਵਿੱਚੋਂ ਕੱਢਣੇ ਚਾਹੁੰਦੇ ਸੀ ਨਾਮ ਦੀ ਟੋਫੀ, ਅਤੇ ਉਹਨੇ ਕੀ ਕਿਹਾ ਸੀ? ਨਹੀਂ ਛੱਡੂ ਰੇ ਬਾਬਾ। ਇਹੋ ਹੀ ਕਿਹਾ ਸੀ ਵੀ ਹੁਣ ਟੋਫੀ ਜਿਹੜੇ ਮੇਰੇ ਮੂੰਹ 'ਚ ਆ ਗਈ ਆ, ਵਾਹਿਗੁਰੂ ਦਾ ਰਸ ਆਉਣਾ ਸ਼ੁਰੂ ਹੋ ਗਿਆ। ਕਾਲ ਯਾਰ ਭਾਵੇਂ ਮਾਰ ਡਾਰ, ਭਾਵੇਂ ਮਾਰ ਦੇ, ਭਾਵੇਂ ਕੁਛ ਕਰ ਦੇ, ਇਹ ਹੁਣ ਟੋਫੀ ਨਹੀਂ ਮੂੰਹ ਦੇ ਵਿੱਚੋਂ ਨਿਕਲਣੀ, ਕਿਹੜੀ? ਵਾਹਿਗੁਰੂ। ਬੋਲੋ ਜੀ, ਤਗੜੇ ਹੋ ਅਤੇ ਮਹਾਰਾਜ ਤੁਹਾਡੇ 'ਤੇ ਦਇਆ ਕਰੇ। ਅੰਮ੍ਰਿਤ ਵੇਲੇ ਉੱਠਿਆ ਕਰੋ। ਇਹ ਹੁਣ ਦੋਵੇਂ ਜਪਜੀ ਸਾਹਿਬ ਦੇ ਉੱਤੇ ਪੂਰੇ ਹੋ ਗਏ। ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਆਪ ਜੀ ਨਾਲ ਸਾਂਝੇ ਕਰੂੰਗਾ। ਗਰੀਬ ਨਿਵਾਜ ਦਇਆ ਕਰੇ। ਜੇ ਕਿਸੇ ਬਾਣੀ ਦੇ ਸ਼ਬਦ ਸ਼ੁਰੂ ਹੋ ਗਏ ਤਾਂ ਵੀ, ਜੇ ਇਤਿਹਾਸ ਗੁਰੂ ਸਾਹਿਬ ਨੇ ਸਿਰ 'ਤੇ ਹੱਥ ਰੱਖਿਆ, ਇਤਿਹਾਸ ਸਾਂਝਾ ਕਰਾਂਗੇ। ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਨਾਮ ਜਪੋ, ਕਮਾਈ 'ਚ ਪਾਪ ਨਾ ਆਉਣ ਦਿਓ, ਗੁਰੂ ਦੇ ਬਹੁਤ ਲਾਗੇ ਚੱਲ ਜਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।